ਬੇ ਦਸ ਮਹ ਰੁੱਤੀ ਦਿੱਤੀ ਵਾਰੁ ਬਲਹਿ ਕੜੀ ਮੋਹਤ ਪਲ ਸਾਚੇ ਆਏ ਸਹਜ ਮਿਲੇ ਸੋਈ ਦਿਨ ਸੁਸੋਹਾਵੜਾ ਜਿਤ ਪ੍ਰਭ ਆਵੈ ਚਿਤ jit din visrae paar brahm fit bhul he re rut maha divasam hoorat phale jis ko nazar kare nanak mangae dar sudan kripa karo hare nanak mangae dar sudan ਕਿਰਪਾ ਕਰੋ ਹਰੇ ਜੁਗੋ ਜੁਗ ਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم ਅਪਾਰ ਬਖਸ਼ਿਸ਼ ਨਵਾਜਿਸ਼ ਹੈ ਚੜਦੇ ਵਰੇ 2021 ਦੀ ਪ੍ਰਭਾਤ ਸਵੇਰ ਪਾਵਨ ਸੀ ਗੁਰਦਰਬਾਰ ਨਤਮਸਤਕ ਹੋ ਕੇ ਯਾ ਘਰਾਂ ਥਾਵਾਂ ਤੋਂ ਟੈਲੀਵਿਜ਼ਨ ਰਾਹੀਂ ਯਾ ਹੋਰ ਮੀਡੀਆ ਆਊਟਲੈਟਸ ਰਾਹੀਂ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਨਾਲ ਸਾਂਝ ਪਾਉਂਦਿਆਂ ਹੋਇਆਂ ਬਤੀਤ ਕਰ ਰਹੇ ਹਾਂ ਵੱਡਪਾਗੀ ਹਾਂ ਅਜੇ ਹੁਣੇ ਰੁਟੀਨ ਦੇ ਦੀਵਾਨ ਦੇ ਵਿੱਚ ਆਸਾ ਕੀ ਵਾਰ ਦੀ ਸਮਾਪਤੀ ਤੋਂ ਉਪਰੰਤ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦੇ ਪਵਿੱਤਰ ਪਾਵਨ ਗੁਰਬਾਖ ਹੁਕਮ ਆਪ ਜੀ ਨੇ ਸਰੋਤ ਕੀਤੇ ਨੇ ਅਗਲੇ ਸਮੇਂ ਵਿੱਚ ਇਨ੍ਹਾਂ ਪਾਵਨ ਗੁਰਬਚਨਾਂ ਦੀ ਅਸੀਂ ਵਿਆਖਿਆ ਨਾਲ ਸਾਚ ਪਾਉਣੀ ਹੈ ਸੋ ਹਕਸਾਰ ਨੂੰ ਕੁਝ ਕਹਿਣ ਦੀ ਇਜਾਜ਼ਤ ਬਖਸ਼ਦਿਆਂ ਹੋਇਆਂ ਸਭ ਪ੍ਰੇਮ ਫਤਿਹ ਬੁਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਗੁਰਬਚਨ ਹਰਾਗ ਸੁਰਠ ਵਿੱਚ ਆਇਆ ਹੈ ਮਹਲਾ ਪੰਜਵਾਂ ਪੰਚਮ ਨਾਨਕ ਗੁਰੂ ਅਰਜਨ ਪਾਤਸ਼ਾਹ ਇਸ ਪਾਵਨ ਬਚਨ ਨੂੰ ਉਚਰਿਤ ਕਰ ਰਹੇ ਨੇ ਸ਼ਬਦ ਦਾ ਰਹਾਉ ਦਾ ਬੰਧ ਹੈ ਅਪੁੰਨੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਕਰ ਆਨੰਦ ਹਮਾਰੈ ਰਹਾਉ ਜੇ ਕਹਿ ਲਿਆ ਜਾਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀਵੰਤ ਹੈ ਵਾਈਮ ਸੇਇੰਗ ਅਟ ਸੇ ਅਸੀਂ ਕਹਿ ਵੀ ਰਿਕੇ ਨੇ ਇਟਸ ਔਰ ਲਿਵਿੰਗ ਗੁਰੂ ਮਤਲਬ ਕਿ ਜੀਵੰਤਤਾ ਇਹ ਹੈ ਕਿ ਜੀਵਨ ਦੇ ਹਰ ਪਹਿਲੂ ਹਰ ਪਖ ਹਰ ਰੰਗ ਨੂੰ ਬਾਣੀ ਡਾਇਰੈਕਟਲੀ ਐਡਰੈਸ ਕਰਦੀ ਹੈ ਡਾਇਰੈਕਟਲੀ ਛੂੰਦੀ ਹੈ ਜਿਵੇਂ ਅੱਜ ਵੀ ਅਸੀਂ 2021 ਦੀ ਇਸ ਚੜਦੀ ਸਵੇਰ ਗੁਰੂ ਹਜ਼ੂਰ ਹਾਜ਼िरा ਸਾਡੇ ਸਾਰਿਆਂ ਦਾ ਇੱਕ ਮਨੋ ਭਾਗ ਮਨੋ ਭਾਵਿਕ ਮਨੋ ਵਿਗ ਹੈ ਉਹ ਏ ਚੰਗੀ ਸ਼ੁਰੂਆਤ ਹੋਏ ਵਰਾ ਚੰਗਾ ਹੋਏ ਆਉਂਦਾ ਸਮਾਂ ਸਾਡੇ ਵਾਸਤੇ ਖੁਸ਼ੀਆਂ ਖੇੜੇ ਚੜਦੀ ਕਲਾ ਹਰ ਲੈਵਲ ਤੇ ਭਾਵੇਂ ਉਹ ਹੈਲਥ ਵਾਈਜ਼ ਹੈ ਭਾਵੇਂ ਉਹ ਬਿਜ਼ਨਸ ਵਾਈਜ਼ ਹੈ ਵੈਲਥ ਵਾਈਜ਼ ਹੈ ਫੈਮਿਲੀ ਵਾਈਜ਼ ਹੈ ਹਰ ਲੈਵਲ ਤੇ ਪ੍ਰੋਗਰੈਸ ਹੋਏ ਪ੍ਰੋਸਪਰਿਟੀ ਜਿਹੜੀ ਹੈ ਸਾਡੇ ਜੀਵਨ ਦੇ ਵਿੱਚ ਉਹ ਲਾਜ਼ਮੀ ਆ ਜਾਏ ਜੋ ਸੀ ਚਿਤਵਿਆ ਹੈ ਆਪਣੀ ਜੀਵਨ ਦੀ ਸਫਲਤਾ ਵਾਸਤੇ ਜੋ ਸਾਡੇ ਖਾਬ ਨੇ ਜੋ ਸਾਡੇ ਸੁਪਨੇ ਨੇ ਜੋ ਸਾਡੀਆਂ ਇੱਛਾਵਾਂ ਨੇ ਉਨ੍ਹਾਂ ਦੀ ਪੂਰਤੀ ਹੋਏ ਸੋ ਆਲ ðiਸ ਥਿੰਗਸ ਵੀ ਹੈਵ ਇਨ ਆਵਰ ਐਕਚੁਅਲੀ ਮਾਈਂਡ ਐਟ ði ਸੇਮ ਟਾਈਮ ਵੈਨ ਵੀ ਆਰ ਕਮਿੰਗ ਇਨ ਗੁਰੂ ਸਾਹਿਬ ਦੀ ਹਜ਼ੂਰੀ ਔਰ ਲਿਸਨਿੰਗ ਗੁਰੂ ਸਾਹਿਬ ਦੀ ਬਾਣੀ ਐਂਡ ਵੈਨ ਗੁਰੂ ਸਾਹਿਬ ਇਜ਼ ਗਿਵਿੰਗ ði ਆਰਡਰ ਆਫ ði ਡੇ ਮੀਨ ði ਹੁਕਮਨਾਮਾ ਜਿਵੇਂ ਅਸੀਂ ਅਜੇ ਹੁਣੇ ਬਚਨ ਪੜਿਆ ਹੈ ਇਹਦਾ ਜਿਹੜਾ ਰਹਾਉ ਦਾ ਪਤਾ ਹੀ ਹੈ ਸਭ ਕਹਿੰਦੇ ਆਪਣਾ ਸਤਗੁਰ ਕੈ ਬਲਿਹਾਰ ਹੈ ਇਹੋ ਜਿਹਾ ਭਾਵ ਲੈ ਕੇ ਆ ਆਪਣੇ ਗੁਰੂ ਤੋਂ ਕਹਿ ਗੁਰੂ ਤੇਰੇ ਤੋਂ ਬਲਿਹਾਰ ਜਾਣਾ ਕੁਰਬਾਨ ਜਾਣਾ ਆਪਣਾ ਆਪਾ ਵਾਰਦਾ ਆ ਆਪੇ ਅਹਿਸਾਸ ਕਰੋ ਚੀਜ਼ਾਂ ਦੇਖੋ ਕੀ ਹੁੰਦੀਆਂ ਨੇ ਤੁਸੀਂ ਪੰਜਾਬੀ ਕਲਚਰ ਦੇ ਵਿੱਚ ਪੰਜਾਬੀ ਫਿਜ਼ਾਨ ਦੇ ਵਿੱਚ ਆ ਸਰਵਾਰ ਨੇ ਕਰਦੇ ਲੋਕਾਂ ਨੂੰ ਦੇਖਿਆ ਹੋਣਾ ਹੈ ਮਤਲਬ ਚੀਜ਼ਾਂ ਵਾਰਨੀਆਂ ਸਿਰ ਦੇ ਉੱਤੋਂ ਤੇ ਜਿਹੜੇ ਸਰਵਾਰ ਨੇ ਹੁੰਦੇ ਨੇ ਮੋਸਟਲੀ ਕੀਮਤੀ ਚੀਜ਼ਾਂ ਦੇ ਹੁੰਦੇ ਨੇ ਇਨਾਂ ਦਿਨਾਂ 'ਚ ਸਾਡੇ ਕੋਲ ਕਰੰਸੀ ਹੁੰਦੀ ਹੈ ਪੁਰਾਣੇ ਸਮੇਂ ਸੋਨਾ ਚਾਂਦੀ ਹੀਰੇ ਜਵਾਹਰਾਤ ਮਾਣਕ ਮੋਤੀ ਇਹ ਸਭ ਹੁੰਦਾ ਸੀਗਾ ਆਪ ਕੀ ਸਮਝ ਦਿਓ ਕਰੰਸੀ ਵੈਲਿਊਏਬਲ ਨਹੀਂ ਬੜੀ ਵੈਲਿਊਏਬਲ ਹੈ ਸਾਡੇ ਵਾਸਤੇ ਅਕੋਰਡਿੰਗ ਟੂ ਜੋ ਬਿੱਲ ਦੇ ਉੱਤੇ ਨੰਬਰ ਲਿਖਿਆ ਹੈ ਉਹਦੇ ਮੁਤਾਬਕ ਅਸੀਂ ਉਹਦੀ ਵੈਲਿਊ ਪਾਉਨੇ ਆ ਅਸੀਂ ਉਹਨੂੰ ਲੂਜ਼ ਨਹੀਂ ਕਰਨਾ ਚਾਹੁੰਦੇ ਅਸੀਂ ਉਹਨੂੰ ਅਰਨ ਕਰਦੇ ਆ ਹਾਰਡ ਲੇਬਰ ਕਰਕੇ ਮੁਸ਼ਕਤ ਕਰਕੇ ਮਿਹਨਤ ਕਰਕੇ ਅਰਨ ਕਰਦੇ ਆ ਪਰ ਕਈ ਵਾਰ ਐਸਾ ਜਜਬਾ ਹੁੰਦਾ ਐਸੇ ਜਜਬਾਤ ਅੰਦਰ ਜ਼ੋਰ ਪਾਉਂਦੇ ਨੇ ਉਸੇ ਕਰੰਸੀ ਨੂੰ ਅਸੀਂ ਮੀਨਿੰਗਲੈਸ ਕਰ ਦਿੰਨੇ ਆ ਕਦੋਂ ਜਦੋਂ ਅਸੀਂ ਕਿਸੇ ਦੇ ਸਿਰ ਦੇ ਉੱਤੋਂ ਵਾਰਨੇ ਕਿਸੇ ਨੂੰ ਵਾਰ ਕੇ ਸੱਟ ਦਿੰਨੇ ਆ ਭੀ ਲੈ ਮੇਰੇ ਵਾਸਤੇ ਕਰੰਸੀ ਦੁਨੀਆ ਦੀ ਹੋਰ ਕੋਈ ਬੇਸ਼ਕੀਮਤੀ ਕੀਮਤੀ ਤੋਂ ਕੀਮਤੀ ਚੀਜ਼ ਜੜੀਏ ਕੋਈ ਵੈਲਿਊ ਨਹੀਂ ਰੱਖਦ ਰੱਖਦੀ ਤੇਰੇ ਪਿਆਰ ਤੇਰੇ ਸਨੇਹ ਤੇਰੀ ਹੋਣ ਦੇ ਸਾਹਮਣੇ ਇਹ ਹੈ ਬਲਿਹਾਰ ਜਾਣਾ ਇਹ ਹੈ ਵਾਰਨਾ ਗੁਰੂ ਮਹਾਰਾਜ ਬਿਆਨ ਕਰਦੇ ਉਹ ਬੰਦੇ ਗੁਰੂ ਤੋਂ ਕੀਮਤੀ ਕੀ ਆ ਕੁਛ ਵੀ ਨਹੀਂ ਕਿਉਂਕਿ ਗੁਰੂ ਨੇ ਤੇਰੇ ਜੀਵਨ ਨੂੰ ਰੋਸ਼ਨ ਕਰਨਾ ਆ ਆਪ ਦੇਖਦੇ ਹੋ ਨਾ ਨਿਊ ਬਰਾ ਜਦੋਂ ਚੜਦਾ ਆ ਕਿੰਨੀ ਰੋਸ਼ਨੀ ਹੁੰਦੀ ਹੈ ਰੋਸ਼ਨੀ ਦੇ ਨਾਲ ਸ਼ਹਿਰ ਨਹਾਏ ਜਾਂਦੇ ਨੇ ਚਾਰਚ ਪਰੇ ਆਤਿਸ਼ਬਾਜ਼ੀ ਹੁੰਦੀਆਂ ਨੇ ਇਹ ਸਭ ਚੀਜ਼ਾਂ ਇਹ ਸਭ ਕੀ ਹੈ ਖੁਸ਼ੀ ਦੀ ਇਜ਼ਹਾਰੀਅਤ ਹੈ ਆਪ ਦੇਖੋ ਬਾਹਰ ਜਦੋਂ ਇੰਨੀ ਰੋਸ਼ਨੀ ਹੋਏਗੀ ਇਨਾ ਖੁਸ਼ਨਮਾ ਮਾਹੌਲ ਸਾਨੂੰ ਮਿਲੇਗਾ ਜੇ ਕਿਤੇ ਕੁਝ ਰੌਸ਼ਨੀ ਸਾਡੇ ਹਿਰਦੇ ਘਰ ਚ ਹੋ ਜਾਏ ਸਾਡੇ ਅੰਦਰ ਹੋ ਜਾਏ ਗੁਰੂ ਬਹਾਦਰ ਦੀ ਬਾਣੀ ਐਵੇਂ ਨਹੀਂ ਗੁਰੂ ਸਾਹਿਬ ਕਹਿੰਦੇ ਆਪਣੇ ਸਤਿਗੁਰ ਕਹਿ ਬਲੇਹਾਰ ਆਸਾ ਕੀ ਵਾਰ ਜੇ ਹੁਣੇ ਪੜ੍ਹੀ ਸੁਣੀਏ ਬਾਬਾ ਜੀ ਨੇ ਕੀ ਬਿਆਨ ਕੀਤਾ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰੂ ਬਿਨ ਕੋਹ ਰਿਆ ਅੰਧਾਰ ਜਿੰਨੀ ਮਰਜੀ ਰੌਸ਼ਨੀ ਹੋਏ ਉਹ ਕਹਿੰਦਾ ਚਿਰਾਗ ਬਹੁਤ ਜਲੇ ਗਿਰਾ ਬਜਾ ਕੂਚੇ ਮੇ ਮਗਰ ਦਿਲੇ ਸ਼ਹਿਰ ਮੇ ਅੰਧੇਰਾ ਹੀ ਰਹਾ ਬੜੇ ਚਿਰਾਗ ਬਲੇ ਚਾਰ ਛਪੇ ਰਹੇ ਪਰ ਜੇ ਦਿਲ ਦੇ ਸ਼ਹਿਰ ਦੇ ਵਿੱਚ ਹਨੇਰਾ ਰਹਿ ਗਿਆ ਇਹ ਰੋਸ਼ਨੀ ਕੀ ਕਰੇਗੀ ਫਿਰ ਅੰਦਰ ਦੀ ਰੋਸ਼ਨੀ ਜਿਹੜੀ ਹੈ ਇਹਦੇ ਵਾਸਤੇ ਸਾਡੇ ਕੋਲ ਗੁਰੂ ਹੈ ਤੇ ਲਿਟਰਲੀ ਤੌਰ ਤੇ ਗੁਰੂ ਸਾਹਿਬ ਦੀ ਬਾਣੀ ਚ ਅਸੀਂ ਬਚਨ ਪੜ੍ਹਦੇ ਆਂ ਮਹਾਰਾਜ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਈ ਇਸ ਸੰਸਾਰ ਦੀ ਰੌਸ਼ਨੀ ਗੁਰਬਾਣੀ ਆ ਜੇ ਆਪਣੇ ਆਪ ਨੂੰ ਰੋਸ਼ਨ ਦਿਮਾਗ ਕਰਨਾ ਹੈ ਜੇ ਆਪਣੇ ਆਪ ਨੂੰ ਜਿਨਸੀ ਇਨਲਾਈਟਮੈਂਟ ਕਹਿੰਦੇ ਆ ਇਨਲਾਈਟਡ ਕਰਨਾ ਹੈ ਗੁਰਬਾਣੀ ਦੇ ਨਾਲ ਆਪਣੇ ਆਪ ਨੂੰ ਜੋੜੇ ਸ਼ਬਦਾਂ ਦੇ ਸ਼ਬਦ ਪਏ ਨੇ ਲਿਟਰਲੀ ਤੌਰ ਤੇ ਜੇ ਤੁਸੀਂ ਕਹੋ ਤਾਂ ਮੈਂ ਗੁਰਗੰਦ ਸਾਹਿਬ ਚੋਂ ਬਚਨਾਂ ਦੇ ਬਚਨ ਪੜਦਾ ਤੁਹਾਡੇ ਸਾਹਮਣੇ ਮਹਾਰਾਜ ਬਿਆਨ ਕਰਦੇ ਪੋਥੀ ਪੁਰਾਨ ਕਮਾਈ ਹੈ ਪਉਵੱਟੀ ਇਤਨ ਪਾਈ ਹੈ सच आन जलाई है ये तेल दीवा ए जलै कर चानण साहेब तौ तो मिले देख साहेबी तेरे तो दूर नहीं साहेबी मीन द हाईएस्ट रिस्पेक्ट एज ए ह्यूमन बीइंग जिन्ना विद्या कमकाज पैसा दौलत शोहरत शोहबत कह कमा ताकि साहेबी मिले रिस्पेक्ट मिले ਆਪਣੀਆਂ ਨਜ਼ਰਾਂ ਚ ਉੱਚੇ ਹੋ ਸਕੀਏ ਪਰਿਵਾਰ ਦੀਆਂ ਨਜ਼ਰਾਂ ਚ ਉੱਚੇ ਹੋ ਸਕੀਏ ਸਮਾਜ ਦੀਆਂ ਨਜ਼ਰਾਂ ਚ ਉੱਚੇ ਹੋ ਸਕੀਏ ਤੇ ਸਭ ਤੋਂ ਵੱਡੀ ਗੱਲ ਆ ਜਿਹਨੂੰ ਸਾਬ ਨੇ ਕਿਹਾ ਸੀ ਬਾਬਾ ਬੋਲੀਏ ਪਤ ਹੋਏ ਊਤਮ ਸੇ ਦਰ ਊਤਮ ਕਹੀਐ ਨੀਚ ਕਰਮ ਬਹਿ ਰੋਏ ਉਹ ਊਤਮ ਨੇ ਉਸ ਸਪੀਰੀਅਰ ਨੇ ਜਿਹੜੇ ਰੱਬ ਦੇ ਦਰ ਤੇ ਸਪੀਰੀਅਰ ਨੇ ਉੱਥੇ ਵੀ ਇੱਜ਼ਤ ਮਿਲੇ ਉਹਦੇ ਦਰਬਾਰ ਦੇ ਵਿੱਚ ਬਾਣੀ ਨੇ ਕਿਹਾ ਰੇ ਰੇ ਦਰਗਾਹ ਕਹੈ ਨਾ ਕੋਊ ਆਉ ਬੈਠ ਆਦਰ ਸੁਭ ਦੇਉ ਉਥੇ ਵੀ ਜਿ ਆਇਆਂ ਨੂੰ ਕਹੇ ਉਥੇ ਵੀ ਐਸੀ ਹਾਲਤ ਬਣੇ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਮੁਖ ਉਜਲੇ ਹੋਣ ਰੋਸ਼ਨ ਹੋਣ ਨਜਰਾਂ ਨੀਵੀਆਂ ਨਾ ਕਰਨੀਆਂ ਪੈਣ ਛੜਦੀ ਕਲਾ ਦੇ ਵਿੱਚ ਉਥੇ ਆਮਦ ਹੋਏ ਇਹ ਸਤਕਾਰ ਇਹ ਸਾਹਬੀ ਮਿਲੇ ਤੇ ਸਾਹਿਬ ਨੇ ਕਿਹਾ ਇਹ ਸਾਹਬੀ ਲੈ ਸਕਦਾ ਆਂ ਤੂੰ ਇਹ ਇੱਜ਼ਤ ਲੈ ਸਕਦਾ ਤੂੰ ਪਰ ਮਿਲੇਗੀ ਉਦੋਂ ਜਦੋਂ ਤੇਰੇ ਹਿਰਦੇ ਘਰ ਚ ਰੌਸ਼ਨੀ ਹੋਏਗੀ ਉਸ ਰੌਸ਼ਨੀ ਨੂੰ ਤੂੰ ਇੰਪਲੀਮੈਂਟ ਕਰੇਗਾ ਅਪਲਾਈ ਕਰੇਗਾ ਜੀਵਨ ਦੇ ਅਮਲਾਂ ਤੇ ਕਰਮਾਂ ਦੇ ਵਿੱਚ ਬੰਦੇ ਦੀ ਅੰਦਰ ਦੀ ਦੁਨੀਆ ਬਦਲੇ ਬਾਹਰ ਦੀ ਦੁਨੀਆ ਉਸ ਤੋਂ ਪ੍ਰਭਾਵਿਤ ਨਾ ਹੋ ਐਸਾ ਹੋ ਨਹੀਂ ਸਕਦਾ ਜਿੱਥੇ ਅੰਦਰ ਨਹੀਂ ਬਦਲਿਆ ਜਿਨੂੰ ਅਸੀਂ ਬਚਨ ਪੜ੍ਹਦੇ ਹਾਂ ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ ਮਨ ਅੰਧੇ ਉਹਨਡਾ ਕਮਲ ਦਿਸਣ ਖਰੇ ਕ Roop ਮਨ ਦਾ ਅੰਦਾ ਬੰਦਾ ਬਾਹਰੋਂ ਵੀ ਕ ਰੂਪ ਹੋ ਜਾਂਦਾ ਹੈ ਬਾਹਰੋਂ ਵੀ ਉਹਨੂੰ ਕੋਈ ਵੇਖਣਾ ਕੋਈ ਸਾਹਬੀ ਕਿੱਥੇ ਮਿਲੇਗੀ ਰਿਸਪੈਕਟ ਕਿੱਥੇ ਮਿਲੇਗੀ ਇੱਜ਼ਤ ਕਿੱਥੇ ਮਿਲੇਗੀ ਤੌਫੀਕੀਅਤ ਕਿੱਥੇ ਮਿਲੇਗੀ ਚੜ੍ਹਦੀ ਕਲਾ ਕਿੱਥੇ ਮਿਲੇਗੀ ਇਹ ਸਭ ਚੀਜ਼ਾਂ ਮਿਲਣਗੀਆਂ ਜਦੋਂ ਅੰਦਰ ਰੋਸ਼ਨ ਹੋਏਗਾ ਚੜ੍ਹਦੇ ਵਰੇ ਪੂਰੇ ਤੇ ਪੂਰੇ ਵਰੇ ਦੀਆਂ 52 ਵੀਕ ਸਾਡੇ ਕੋਲ ਨੇ 365 ਦਿਨ ਸਾਡੇ ਕੋਲ ਮੌਜੂਦ ਨੇ ਹਜ਼ਾਰਾਂ ਹਜ਼ਾਰਾਂ ਆਵਰ ਸਾਡੇ ਕੋਲ ਮੌਜੂਦ ਨੇ ਲੱਖਾਂ ਲੱਖਾਂ ਸਾਡੇ ਕੋਲ ਮਿੰਟ ਕਰੋੜਾਂ ਕਰੋੜਾਂ ਸੈਕਿੰਡ ਸਾਡੇ ਕੋਲ ਮੌਜੂਦ ਨੇ ਇੱਕ ਇੱਕ ਪਲ ਘੜੀ ਅਸੀਂ ਸਮੇਂ ਨੂੰ ਜਿਹੜਾ ਹੈ ਸਫਲਾ ਕਰ ਸਕਦੇ ਹੈਗੇ ਆ ਜੇ ਇਹ ਅਹਿਸਾਸ ਆਪਣੇ ਸਤਿਗੁਰ ਕੈਬਲੇਹਾਰ ਹੈ ਮੈਂ ਆਪਣੇ ਗੁਰੂ ਤੋਂ ਬਲੇਹਾਰ ਜਾਣਾ ਇਹਨੂੰ ਲਿਟਰਲੀ ਤੌਰ ਤੇ ਬਿਆਨ ਕਰਦਾ ਹੁਣ ਬਿਲਕੁਲ ਵਿਆਖਿਆ ਦੇ ਵਿੱਚ if i really want to actually devote myself from actually from my guru i really want to dedicate myself toward my guru how can i do it main jana main varne jana chahuna apne guru to par kiven jaavanga beeti shaam jehdi main baat kar rya sega jeevan da naa hai ji samay time main kehna main apne guru to balihar jana theek hai apne jeevan da samay guru wale paase la ਗੁਰੂਵਾਲ ਦੀ ਉਸ ਤਰੀਕੇ ਨਾਲ ਉਹਨੂੰ ਡਿਵੋਟੀ ਹੋ ਕੇ ਡੋਨੇਟ ਕਰਨਾ ਨਹੀਂ ਮੈਂ ਕਹਾਗਾ ਮੈਂ ਕਹਾਗਾ ਮੈਂ ਇਸ ਨੂੰ ਸਹੀ ਪ੍ਰੋਪਰ ਯੂਜ਼ ਕਰਾਂਗਾ ਸਫਲ ਕਰਾਂਗਾ ਇਸਨੂੰ ਇਹਦਾ ਜਿਹੜਾ ਐਕਚੁਅਲ ਲੈਵਲ ਤੇ ਇਹਦੀ ਵੈਲਿਊ ਆ ਉਹਦੇ ਬਰਾਬਰ ਮੈਚ ਕਰਦਾ ਹੋਇਆ ਮੈਂ ਕੁਝ ਕਮਾ ਸਕਾਂਗਾ ਬੀਤੇ ਕੱਲ ਆਪਾਂ ਬਾਤ ਕਰ ਰਹੇ ਸੀ ਨਾ ਵਣਜ ਕਰੋ ਵਣ ਜਾ ਰਹੋ ਵਖਰ ਲਿਓ ਸਮਾਲ ਤੈਸੀ ਵਸਤ ਵਿਸਾਹੀ ਜੈਸੀ ਨਿਭਹਿ ਨਾਲ ਮੈਂ ਵਣਜਾਰਾ ਬਣਾ ਤੇ ਵਣਜਾਰਾ ਬਣ ਕੇ ਜਿਹੜਾ ਸਮਾਂ ਆ ਟਾਈਮ ਆ ਉਹ ਇਨਵੈਸਟ ਕਰਾਂ ਗੁਰੂ ਵਾਲੇ ਪਾਸੇ ਇਹ ਹੈ ਬਲੇਹਾਰ ਜਾਣਾ ਜਿਵੇਂ ਆਪ ਚੜਦੀ ਸਵੇਰ ਜੇ ਆਪ ਦੇ ਹੱਥਾਂ ਵਿੱਚ ਅੱਜ ਸਵੇਰੇ ਗੁਟਕੇ ਫੜਨ ਦੀ ਤਾਪ ਤੁਹਾਨੂੰ ਮਹਾਰਾਜ ਨੇ ਬਖਸ਼ੀ ਹੈ ਮੈਂ ਕਿੰਨਾ ਵੱਡਪਾਗੀ ਹੋ ਜੇ ਅੱਜ ਤੁਹਾਡੀਆਂ ਅੱਖਾਂ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਅੱਖਰ ਕੁਰੇਦਨ ਦੀ ਸਮਰੱਥਾ ਦਿੱਤੀ ਹੈ ਵੱਡਪਾਗੀ ਹੋ ਜੇ ਅੱਜ ਤੁਹਾਡੇ ਕੰਨਾਂ ਦੇ ਵਿੱਚ ਗੁਰ ਸ਼ਬਦ ਗੁਰ ਉਪਦੇਸ਼ ਗੁਰੂ ਮਹਾਰਾਜ ਦੀ ਪਾਵਨ ਰਚਨਾ ਪੈਣ ਦਾ ਸਾਨੂੰ ਤੁਹਾਨੂੰ ਸੁਭਾਗ ਮਿਲਿਆ ਆ ਵੱਡਾ ਭਾਗਤਾ ਹੈ ਇਸੇ ਚੀਜ਼ ਵਾਸਤੇ ਇਹੀ ਮੰਗਿਆ ਤੇ ਫਿਰ ਫਿਰ ਇਹ ਕਹਿਣਾ ਦਾਤਾ ਮੇਰੇ ਕੰਨਾਂ 'ਚ ਪੈ ਰਿਹਾ ਹੈ ਮੈਂ ਅੱਖਾਂ ਨਾਲ ਪੜ ਰਿਹਾ ਦਾਤਾ ਹੱਥਾਂ 'ਚ ਗੁੱਟ ਕੇ ਫੜ ਪਾ ਰਿਹਾ ਦਾਤਾ ਤਰਸ ਕਰੀ ਇਸ ਰੂਪ ਨੂੰ ਜੀਵਨ ਦੇ ਅਮਲ ਵਿੱਚ ਲਿਆਉਣ ਦੀ ਤੋਫੀਕੀਤ ਦਾ ਹੀ ਦਰਦੇ ਨੂੰ ਰੋਸ਼ਨ ਕਰੇ ਜਿਹੜਾ ਅਸੀਂ ਬਚਨ ਪੜਦੇ ਨਾ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪਹਿ ਹੰਗਮ ਸਾਧੇ ਬਾਬਾ ਕਿਤੇ ਆ ਗੱਲ ਨਾ ਰਹਿ ਜਾਏ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ ਬਾਬਾ ਤੂੰ ਆਪ ਸਾਨੂੰ ਦੱਸਿਆ ਹੈ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਂ ਬਾਬਾ ਤੂੰ ਸਾਨੂੰ ਰਾਹ ਵਿਖਾਇਆ ਹੈ ਹਾਰ ਪਰਿਓ ਸੁਆਮੀ ਕੇ ਦਵਾਰੈ ਦੀਜੈ ਬੁੱਧ ਵਿਵੇਕਾ ਦਾਤ ਬਕਸ਼ੀਏ ਬੁੱਧ ਬਿਬੇਕ ਬਕਸ਼ੀ ਰੋਸ਼ਨ ਦਿਮਾਗ ਕਰੀ ਮੈਨੋ ਇੰਨੀ ਕੋ ਸਮਰੱਥਾ ਕਰੀ ਮਾਲਕ ਸਹੀ ਗਲਤ ਦਾ ਫੈਸਲਾ ਵੇਖ ਸਕਾ ਜੋ ਚੁਣਨ ਯੋਗ ਹੈ ਉਹ ਚੁਣ ਸਕਾ ਜੋ ਛੱਡਣ ਯੋਗ ਹੈ ਉਹ ਛੱਡ ਸਕਾ ਦਾਤਾ ਇਹ ਤਰਸ ਕਰੀ ਮੇਰੇ ਤੇ ਇਹ ਹੈ ਰੋਸ਼ਨੀ ਦੇਣੀ ਜੇ ਨੂੰ ਅਸੀਂ ਬਚਨ ਪੜ੍ਹਦੇ ਹਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਐ ਮੇਰੇ ਗੁਰੂ ਮੈਂ ਤੇਰੇ ਤੋਂ ਬਲਿਹਾਰ ਜਾਣਾ ਮੇਰੇ ਅੰਗ ਸੰਗ ਰਹੀ ਜਿੱਥੇ ਮੈਨੂੰ ਲੋੜ ਪਵੇ ਲੋੜ ਪਵੇ ਜ਼ਿੰਦਗੀ ਦਾ ਕੋਈ ਫੈਸਲਾ ਲੈਣ ਦੀ ਗੁਰੂ ਮੇਰੀ ਅਗਵਾਈ ਕਰੇ ਗੁਰੂ ਮੈਨੂੰ ਰੌਸ਼ਨੀ ਵਿਖਾਈ ਜਿੱਥੇ ਕਿਤੇ ਮੈਨੂੰ ਕੋਈ ਚੋਣ ਕਰਨ ਦਾ ਮੌਕਾ ਬਣੇ ਚੁਆਇਸਿਸ ਬਣਾਉਣ ਦਾ ਵੈਨ ਐਵਰ ਆਈ ਹੈਵ ਐਨੀ ਚਾਂਸ ਟੂ ਚੂਜ਼ ਐਨੀਥਿੰਗ ਓ ਮਾਈ ਗੁਰੂ ਪਲੀਜ਼ ਲੀਡ ਮੀ ਪਲੀਜ਼ ਟੈਲ ਮੀ ਪਲੀਜ਼ ਟੀਚ ਮੀ ਪਲੀਜ਼ ਗਾਈਡ ਮੀ ਪਲੀਜ਼ ਬੀ ਮਾਈ ਮੈਂਟਰ ਸੋ ਥੈਟ i can make proper choices right choices choices which can lead me towards the happiness oh guru is roop dech mere te taufeeq kiti e hai haar pario swami ke dwaar hai dije buddh bibeka mainu buddh bakshi mainu vivek bakshi he data main tere to balihar jana te tu mainu khude sandesh ditta hai te main sandesh ton dur na jaava akli saheb seviya akli paiye maan ਅਕਲੀ ਪੜਕੇ ਬੂਜੀਐ ਅਕਲੀ ਕੀਚੈ ਦਾਨ ਦਾਤਾ ਤੂੰ ਇਹ ਅਕਲ ਵਾਲਾ ਰਾਹ ਮੈਨੂੰ ਦਈ ਮੈਨੂੰ ਸੋਝੀ ਵਾਲਾ ਰਾਹ ਦਈ ਮੈਨੂੰ ਸਮਝ ਵਾਲਾ ਰਾਹ ਦਈ ਦਾਤਾ ਮੈਂ ਤੇਰੇ ਤੋਂ ਬਲਿਹਾਰ ਜਾਣਾ ਤੇ ਤੇਰਾ ਸੰਦੇਸ਼ ਜਿਹੜਾ ਮੇਰੇ ਜ਼ਹਿਨ ਵਿੱਚ ਉਕਰੇ ਦਾਤਾ ਇਹ ਹੋਵੇ ਗੁਰ ਕੈ ਸ਼ਬਦ ਬਨਾਵੋ ਇਹ ਮਨ ਗੁਰ ਕੈ ਦਰਸ਼ਨ ਸੰਚੋ ਹਰ ਤਨ ਉਤਮ ਮਤ ਮੇਰੇ ਹਿਰਦੈ ਤੂੰ ਆਓ ਦਾਤਾ ਮੇਰੇ ਤੇ ਤਰਸ ਕਨੀ ਦੁਨੀਆਂ ਦੀ ਸਭ ਤੋਂ ਉੱਤਮ ਮਤ ਮੇਰੇ ਹਿਰਦੇ 'ਚ ਆ ਕੇ ਬੈਠੇ ਦਾਤਾ ਅਕਲ ਤੋਫੀਕੀਅਤ ਸੋਜੀ ਇਹ ਸਾਰੀਆਂ ਚੀਜ਼ਾਂ ਦਾਤਾ ਆਪਣੇ ਸਿੱਖ ਦੇ ਮੱਥੇ 'ਚ ਪਾਈ ਦਾਤਾ ਤੂੰ ਆਪ ਕਿਆ ਹੈ ਆਪੇ ਨਵਾਜਿਆ ਹੈ ਕਿ हे ਮੇਰੇ ਸਿੱਖ ਜੇ ਤੈਨੂੰ ਕੁਝ ਵੀ ਨਹੀਂ ਦਿਸ ਰਿਹਾ ਨਾ ਤੇ ਤੂੰ ਆਪਣੇ ਗੁਰੂ ਤੋਂ ਦੂਰ ਨਾ ਜਾਇ ਗੁਰੂ ਨੂੰ ਸਭ ਕੁਝ ਦਿਸਦਾ ਹੈ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚੱਲਾਂ ਗੁਰ ਚਾਲੀ ਸਾਨੂੰ ਤੇ ਬਹੁਤੀ ਸਮਝ ਨਹੀਂ ਕੀ ਦਾਤਾ ਅਸੀਂ ਤੇ ਇਨੇ ਰੋਸ਼ਨ ਦਿਮਾਗ ਨਹੀਂ ਹੈਗੇ ਸਾਨੂੰ ਤੇ ਸਹੀ ਮਾੜੇ ਦੀ ਪਹਿਚਾਨ ਨਹੀਂ ਦਿਸਦੀ ਪਰ ਦਾਤਾ ਤੂੰ ਹੀ ਸਾਨੂੰ ਕਿਹਾ ਹੈ ਅਸੀਂ ਤੇਰੇ ਤੋਂ ਬਿਲੇ ਹਾਰ ਜਾਣੇ ਆ ਆਪਣਾ ਪੱਲਾ ਫੜਾ ਸਾਨੂੰ ਹਮ ਲਾਵੇ ਆਪਨ ਪਾਲੀ ਸਾਨੂੰ ਆਪਣੇ ਪੱਲੇ ਨਾਲ ਲਗਾ ਲੈ ਤੂੰ ਪਾਰਸਿਆ ਅਸੀਂ ਅਸੀਂ ਲੋਤਾ ਤਾ ਤਿਆ ਅਸੀਂ ਡੁੱਬ ਜਾਵਾਂਗੇ ਇਸ ਪਵ ਸਾਗਰ ਦੇ ਵਿੱਚ ਅਸੀਂ ਪੱਥਰ ਰੂਪਿਆ ਪਰਦਾਤਾ ਤੂੰ 파ਰਸ ਕਲਾ ਵਪਰਾ ਸਕਦਾ ਆ ਇਸ ਕਰਕੇ ਗੁਰੂ ਅਰਜਨ ਮਹਾਰਾਜ ਸਾਨੂੰ ਇਹ ਜਾਚ ਸਿਖਾਉਂਦੇ ਆਪਣੇ ਸਤਿਗੁਰ ਕਹਿ ਬਲੇਹਾਰ ਐ ਆਪਣੇ ਗੁਰੂ ਤੋਂ ਬਲੇਹਾਰ ਜਾ ਅਰਦਾਸ ਕਰ ਤਰਲਾ ਕਰ ਮਿੰਨਤ ਕਰ ਮਾਲਕ ਮੁਜ ਅਦਨੇ ਮਨੁੱਖ ਦੇ ਉੱਤੇ ਇਹ ਤਰਸ ਕਰਦੇ ਤੇ ਸਾਹਿਬ ਜੇ ਆਪਾਂ ਇਸ ਰੂਪ ਵਿੱਚ ਅਰਦਾਸ ਕਰਦੇ ਆ ਤੂੰ ਬਾਫੜੇਗਾ ਸਾਡੀ ਤੂੰ ਸਾਨੂੰ راہ ਵਿਖਾਏਗਾ ਤੂੰ ਸਾਨੂੰ ਰੋਸ਼ਨੀ ਦੇਵੇਂਗਾ ਆ ਪੰਕਤੀ ਪੜੋ ਅਗਲੀ ਗੁਰੂ ਸਾਹਿਬ ਨੇ ਕੀ ਕਿਹਾ ਸਾਹਿਬ ਕਹਿੰਦੇ ਆਗਾ ਸੁਖ ਪਾਛਾ ਸੁਖ ਸਹਿਜਾ ਘਰ ਆਨੰਦ ਹਮਾਰਾ ਆਗਾ ਸੁਖ ਬੰਦੇ ਨੂੰ ਅੱਜ ਜਿਹੜੀ ਦੁਨੀਆ ਚ ਰਹਿ ਰਹੇ ਆ ਤੁਸੀਂ ਇੱਕ ਵਰਡ ਅੰਗਰੇਜ਼ੀ ਦਾ ਸੁਣਿਆ ਹੋਣਾ ਹੈ ਐਂਕਸ਼ੀਅਸ ਬੰਦਾ ਕਹਿੰਦਾ ਆਮ ਵੈਰੀ ਐਂਕਸ਼ੀਅਸ ਆਮ ਆਮ ਫੀਲਿੰਗ ਐਨ ਐਂਗਜ਼ਾਇਟੀ ਮੈਨੂੰ ਆਉਣ ਵਾਲੇ ਸਮੇਂ ਦੀ ਚਿੰਤਾ ਮੈਨੂੰ ਆਉਣ ਵਾਲੇ ਸਮੇਂ ਦਾ ਸੱਲ ਸਤਾ ਰਿਹਾ ਹੈ ਮੈਂ ਪਾਇਆ ਪਾਇ ਵੀਰ ਸਿੰਘ ਜੀ ਦੀ ਨਜ਼ਮ ਪੜ੍ਹਦੇ ਸੁਣਨੇ ਆ ਨਾ ਕਿ ਗੁਜ਼ਰ ਗਏ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸੱਲ ਪਿਆ ਦਿਲ ਨੂੰ ਤੜਪਾਵੇ ਆਉਂਦੇ ਦਾ ਸੱਲ ਪੈਂਦਾ ਕੀ ਬਣੇਗਾ ਚਲੋ ਅੱਜ ਤੇ ਥਾਲੀ ਦੇ ਵਿੱਚ ਰੋਟੀ ਹੈ ਅੱਜ ਤੇ ਰਹਿਣ ਵਾਸਤੇ ਸਿਰ ਤੇ ਛੱਤ ਹੈ ਅੱਜ ਤੇ ਪਾਣ ਵਾਸਤੇ ਤਨ ਤੇ ਕੱਪੜਾ ਹੈ ਅੱਜ ਤੇ ਲੋੜਾਂ ਥੋੜਾਂ ਦੀ ਪੂਰਤੀ ਵਾਸਤੇ ਸਾਜੋ ਸਮਾਨ ਵਸਤਾਂ ਰਸਤਾ ਪਦਾਰਥ ਤੇ ਈਵਨ ਕੁਝ ਸਰਮਾਇਦਾਰੀ ਮੌਜੂਦ ਆ ਆਉਂਦੇ ਕੱਲ ਕੀ ਬਣੇਗਾ ਕੀ ਰੋਟੀ ਮਿਲੇਗੀ ਆਉਂਦੇ ਕੱਲ ਕੀ ਮਿਲੇਗਾ ਕਿ ਸਿਰ ਤੇ ਛੱਤ ਕਾਇਮ ਹੋਏਗੀ ਆਉਂਦੇ ਕੱਲ ਕੀ ਬਣੇਗਾ ਕਿ ਆਪਣੀਆਂ ਲੋੜਾਂ ਥੋੜਾਂ ਦੀ ਪੂਰਤੀ ਵਾਸਤੇ ਕਿਸੇ ਅੱਗੇ ਹੱਥ ਤੇ ਨਹੀਂ ਕਰਨਾ ਪਵੇਗਾ ਇਹ ਸਾਰੇ ਸੱਲ ਨੇ ਡਰਿਆ ਬੰਦੇ ਦੇ ਜ਼ਹਿਨ ਦੇ ਵਿੱਚ ਅਜੇ ਤੱਕ ਤੇ ਪਰਿਵਾਰ ਸੰਭਾਲਿਆ ਸੀ ਕਿਸੇ ਤਰੀਕੇ ਨਾਲ ਆਉਂਦੇ ਕੱਲ ਕੀ ਬਣੇਗਾ ਬੱਚੇ ਬੱਚੇ ਮਨ ਕਰਕੇ ਤਨ ਕਰਕੇ ਸੇਤਿਆਬ ਰਹਿਣਗੇ ਬੱਚੇ ਆਲਾ ਦਵਾਲਾ ਭੈਣ ਭਰਾ ਇਹ ਸਾਰੇ ਇਹਨਾਂ ਦੇ ਵਿੱਚ ਖੁਸ਼ੀਆਂ ਇਹਨਾਂ ਦੇ ਵਿੱਚ ਚਾਹ ਇਹਨਾਂ ਦੀਆਂ ਕਿਲਕਾਰੀਆਂ ਇਹ ਸਭ ਇਸੇ ਤਰ੍ਹਾਂ ਸੁਣਦੀਆਂ ਰਹਿਣਗੀਆਂ ਕਿਤੇ ਕਿਸੇ ਕਿਸਮ ਦੀ ਖੜੋਤ ਰੋਕ ਤੇ ਨਹੀਂ ਆਏਗੀ ਡਰ ਜਿਹੜਾ ਇਹ ਡਰ ਆ ਜਿਹੜੀ ਇਹ ਸਾਡੇ ਅੰਦਰ ਦੀ ਚਿੰਤਾ ਆ ਫਿਕਰ ਆ ਇਹਨਾਂ ਸਾਰਿਆਂ ਨੂੰ ਗੁਰੂ ਮਹਾਰਾਜ ਪੂਰਨ ਰੂਪ ਵਿੱਚ ਵਿਰਾਮ ਲਾ ਦਿੰਦੇ ਆ ਸਾਹਿਬ ਕਹਿੰਦੇ ਜੇ ਆਪਣੇ ਗੁਰੂ ਤੋਂ ਬਲਿਹਾਰ ਜਾਏਗਾ ਗੁਰੂ ਤੇ ਭਰੋਸਾ ਕਰੇਗਾ ਗੁਰੂ ਤੇ ਅਕੀਦਤ ਲੈ ਕੇ ਆਏਗਾ ਆਪਣੀ ਜੇਤੇ ਰੱਖੀ ਆਗਾ ਸੁਖ ਇਹ ਪੱਕੇ ਤੌਰ ਤੇ ਹੈ ਆਉਂਦੇ ਸਮੇਂ ਦੀ ਤੇਰੇ ਚੜ੍ਹਦੀ ਕਲਾ ਹੋਏਗੀ ਤੇਰੇ ਸਾਹਮਣੇ ਰਾਹ ਰੋਸ਼ਨ ਹੋਏਗਾ ਬਿਲਕੁਲ ਇਹ ਇਸ ਤਰ੍ਹਾਂ ਜਾਣੋ ਜੇ ਅਸੀਂ ਅੱਜ ਨੂੰ ਸੰਭਾਲ ਰਹੇ ਹਾਂ ਆਪਾਂ ਚੜ੍ਹਦੀ ਸਵੇਰ ਚੜਦੇ ਵਰੇ ਗੁਰੂ ਤੇ ਗੁਰੂ ਦੇ ਹਜ਼ੂਰੀ ਆਪਣੀ ਸੁਰਤ ਨੂੰ ਲਜਾਣ ਦਾ ਯਤਨ ਕਰ ਰਹੇ ਆ ਅਸੀਂ ਅਸੀਂ ਅਕਾਲ ਪੁਰਖ ਵਹਿਗੁਰੂ ਦਾ ਉਹ ਤਸਰਾ ਤੱਕ ਰਹੇ ਆ ਅਸੀਂ ਤੱਕ ਰਹੇ ਆ ਉਹਦਾ ਆਸਰਾ ਜਿਹੜਾ ਨਾ ਡਿੱਗਦਾ ਹੈ ਨਾ ਡੋਲਦਾ ਹੈ ਨਾ ਛਲਿਆ ਜਾਂਦਾ ਹੈ ਨਾ ਕਿਸੇ ਰੂਪ ਦੇ ਵਿੱਚ ਜਿੱਤੇ ਚ ਕਮੀ ਕੋਈ ਨਹੀਂ ਗੀ ਜਿੱਤੇ ਘਰ ਦੇ ਵਿੱਚ ਮਹਾਰਾਜ ਨੇ ਕਿਹਾ ਤੇਰਾ ਘਰ ਆਨੰਦ ਵਧਾਈ ਤੁਧ ਕਰ ਮਾਨ ਮਹਿਤਾ ਤੇਜ ਆਪਣਾ ਆਪ ਜਰ ਉਦਾ ਮਾਣ ਉਹ ਨਹੀਂ ਤੋਲਿਆ ਜਾ ਸਕਦਾ ਉਹਦਾ ਤੇਜ ਉਹ ਨਹੀਂ ਤੋਲਿਆ ਜਾ ਸਕਦਾ ਹਾਂ ਇੰਨਾ ਕੁ ਮਾਣ ਤੇ ਤੇਜ ਆ ਕਿ ਉਹ ਆਪਣੇ ਤੇਜ ਨੂੰ ਆਪ ਹੀ ਬਰਦਾਸ਼ਤ ਕਰ ਸਕਦਾ ਨਹੀਂ ਤੇ ਬੰਦਾ ਤੇ ਡੋਲ ਜਾਂਦਾ ਮੜ ਜਾਂਦਾ ਤੇਜ ਪ੍ਰਤਾਪ ਵਧੇ ਬੰਦੇ ਦਾ ਤੇ ਬੰਦੇ ਦੀ ਜਿਹੜੀ ਹੈ ਅਕਲ ਮਾਰੀ ਜਾਂਦੀ ਉਹ ਤੇ ਘਬਰਾ ਜਾਂਦਾ ਉਹ ਤੇ ਰਾਈਟ ਵੇ ਜਿਹੜਾ ਆ ਉਸ ਰੂਪ ਵਿੱਚ ਗਰਕ ਹੋ ਜਾਂਦਾ ਐਸਾ ਕਰਤਾਰ ਜਿਦੇ ਕਰ ਆਨੰਦ ਵੀ ਹੈ ਵਧਾਈਆਂ ਵੀ ਨੇ ਹਰ ਤਰ੍ਹਾਂ ਦਾ ਤੇਜ ਪ੍ਰਤਾਪ ਜਿਹਦੇ ਕੋਲ ਮੌਜੂਦ ਆ ਮਹਾਰਾਜ ਕਹਿੰਦੇ ਜੇ ਉਹਦੇ ਨਾਲ ਤੇਰਾ ਸੰਗ ਆ ਜੇ ਉਹਦੇ ਨਾਲ ਤੇਰੀ ਸਾਂਝ ਆ ਜੇ ਤੈਨੂੰ ਤੇਰੇ ਜ਼ਿਹਨ ਦੇ ਵਿੱਚ ਉਹ ਆ ਕੇ ਵੱਸ ਗਿਆ ਫਿਰ ਅੱਗੇ ਵਾਸਤੇ ਤੈਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂਗੀ ਆਗਾ ਸੁਖ ਫਿਰ ਇਹ ਖੁਸ਼ੀ ਹੈ ਫਿਰ ਤੇਰੇ ਵਾਸਤੇ ਜ਼ਿੰਦਗੀ ਦੇ ਖੇੜੇ ਮਲਹਾਰ ਮੰਗਲ ਇੰਤਜ਼ਾਰ ਕਰ ਰਹੇ ਨੇ ਆਗਾ ਸੁਖ ਪਾਛੇ ਸੁਖ ਸਹਿਜਾ ਤੇ ਫਿਰ ਜੋ ਬੀਤਿਆ ਆ ਸੁਖ ਸਹਿਜਾ ਸੁਖ ਸਹਿਜਾ ਮਾਇਨੋ ਇਹ ਜਿਵੇਂ ਬੀਤੇ ਦੇ ਨਾਲ ਬੰਦਾ ਬੜਾ ਆਪਣੇ ਆਪ ਨੂੰ ਐਸੋਸੀਏਟ ਕਰਕੇ ਰੱਖਦਾ ਆ ਤੇ ਪਛਤਾਉਂਦਾ ਆ ਆਪਾਂ ਦੇਖੋ ਨਵਾਂ ਬਰਾ ਚੜਿਆ ਬੀਤੇ ਵਰੇ ਦੇ ਵਿੱਚ ਬੰਦੇ ਨੇ ਜਿਵੇਂ ਸਪੋਜ਼ ਬਿਜ਼ਨਸ ਬਹੁਤ ਸਾਰੇ ਜਿਹੜੇ ਲੋਕਾਂ ਦੇ ਲੌਸਸ ਹੋਏ ਨੇ ਲੋਕਾਂ ਦੀਆਂ ਜੌਬ ਲੌਸ ਹੋਈਆਂ ਨੇ ਬੰਦਿਆਂ ਨੇ ਬੜਾ ਕੁਝ ਲੂਸ ਕੀਤਾ ਇਵਨ ਕਈਆਂ ਨੇ ਇਸ ਬਬਾ ਕਰਕੇ ਪਰਿਵਾਰਕ ਜੀ ਵੀ ਜਿਹੜੇ ਨੇ ਉਹ ਵੀ ਲੂਸ ਕੀਤੇ ਨੇ ਇਹ ਤੇ ਕੋਈ ਸ਼ੱਕ ਨਹੀਂਗਾ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਲੋਕਾਂ ਦੀਆਂ ਮੌਤਾਂ ਹੋਈਆਂ ਸੋ ਇਹ ਸਾਰੇ ਦੇ ਬਾਬਤ ਬੰਦਾ ਬਹੁਤ ਕੁਝ ਆਪਣੇ ਅੰਦਰ ਸਹਿਜ ਕੇ ਬੈਠਾ ਹੈ ਇਹ ਤੇ ਨਹੀਂ ਨਾ ਕਿ ਇੱਕ ਤਾਰੀਖ ਨੂੰ ਜਾਂ ਜਿਹੜੇ ਪਿਛਲੀਆਂ ਡੇਟਾਂ ਸੀਗੀਆਂ ਉਹਨਾਂ ਦੇ ਵਿੱਚ ਕੋਈ ਬਿਜ਼ਨਸ ਲੂਜ਼ ਹੋ ਗਿਆ ਕੋਈ ਕਾਰੋਬਾਰ ਦਾ ਨੁਕਸਾਨ ਹੋ ਗਿਆ ਕੋਈ ਪਰਿਵਾਰ ਦੇ ਵਿੱਚ ਹੋ ਗਿਆ ਤੇ ਉਹ ਜਿਵੇਂ ਦਿਨ ਪਾਸ ਹੋਇਆ ਤਾਰੀਖ ਪਾਸ ਹੋਈ ਸਮਾਂ ਪਾਸ ਹੋਇਆ ਤੇ ਸਭ ਕੁਝ ਛੁੱਟ ਗਿਆ ਨਹੀਂ ਉਹ ਦਿਨ ਲੰਘ ਗਿਆ ਪਰ ਉਹ ਜੋ ਕੁਝ ਹੋਇਆ ਉਹ ਬੰਦੇ ਦੇ ਅੰਦਰ ਯਾਦਾਂ ਦੇ ਰੂਪ ਵਿੱਚ ਆ ਗਿਆ ਬੰਦੇ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਖਿਆਲਾਂ ਦੇ ਰੂਪ ਵਿੱਚ ਆ ਗਿਆ ਤੇ ਫਿਰ ਇਹ ਸਾਰੇ ਦੇ ਵਿੱਚ ਬੰਦਾ ਕਈ ਵਾਰੀ ਕਲਪਦਾ ਤੇ ਕਲਪਦਾ ਹੋਇਆ ਆਪਣੇ ਆਪ ਨੂੰ ਦੋਸ਼ੀ ਗਿਣਦਾ ਆਲੇ-ਦੁਆਲੇ ਨੂੰ ਦੋਸ਼ੀ ਗਿਣਦਾ ਜਿਹਨੂੰ ਅਸੀਂ ਗਿਲਟ ਫੀਲ ਕਰਨਾ ਕਹਿੰਦੇ ਆ ਰਿਗਰਟ ਫੀਲ ਕਰਨਾ ਕਹਿੰਦੇ ਆ ਓਹੋ ਜੇਕਰ ਮੈਂ ਐਵੇਂ ਕਰ ਲੈਂਦਾ ਤੇ ਆਹ ਹੋ ਜਾਣਾ ਸੀ ਜੇ ਕਰੇਸਤਰਾ ਨਾ ਹੁੰਦਾ ਤੇ ਇਹ ਸਭ ਚੀਜ਼ਾਂ ਹੁਣ ਨੂੰ ਖਰਾਬ ਕਰਦੀਆਂ ਤੇ ਆਉਣ ਵਾਲੇ ਨੂੰ ਖਰਾਬ ਕਰਦੀਆਂ ਜੇ ਗੁਰੂ ਤੇ ਭਰੋਸਾ ਹੋਏ ਤੇ ਉਹਦੀ ਰਜ਼ਾ ਵਿੱਚ ਬੰਦਾ ਬੰਦਾ ਰਾਜ਼ੀ ਰਹਿ ਸਕਦਾ ਹੋਏ ਤੇ ਸਾਹਿਬ ਕਹਿੰਦੇ ਫਿਰ ਫਿਰ ਪਾਛੈ ਸੁਖ ਸਹਜਾ ਜੋ ਪਿੱਛੇ ਬੀਤ ਗਈ ਉਹਦੇ ਪ੍ਰਤੀ ਕੋਈ ਅੰਦਰ ਸ਼ਿਕਾਇਤ ਨਹੀਂ ਗਈ ਕੋਈ ਮਲਾਲ ਨਹੀਂਗਾ ਬਲਕਿ ਇਹ ਦਾਤਾ ਤੂੰ ਕੁਝ ਸਖਾਇਆ ਆ ਚੰਗਾ ਸਖਾਇਆ ਦਾਤਾ ਜੋ ਸਮਾ ਬਤੀਤ ਹੋਇਆ ਤੇਰੇ ਭਾਣੇ ਚ ਬਤੀਤ ਹੋਇਆ ਅਗਾ ਅਗਾ ਇਸ ਭਾਣੇ ਦੇ ਵਿੱਚੋਂ ਜੋ ਤੂੰ ਸਿੱਖਿਆ ਦਿੱਤੀ ਏ ਉਹਨੂੰ ਅਗਾ ਮੈਂ ਅਮਲ ਵਿੱਚ ਲਿਆ ਸਕਾਂ ਇਹਦੀ ਮੈਨੂੰ ਸਮਰੱਥਾ ਦੇ ਗੁਰੂ ਏ ਹੈ ਜੀ ਗੁਰੂ ਏ ਰੋਸ਼ਨ ਦਿਮਾਗ ਕਰਦਾ ਸਾਨੂੰ ਗੁਰੂ ਸਾਨੂੰ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਐਕਚੁਅਲ ਲੈਵਲ ਤੇ ਜ਼ਿੰਦਗੀ ਦੀ ਐਨਰਜੀ ਹੈ ਉਹਨੂੰ ਚੈਨਲਾਈਜ਼ ਕਰਨ ਦੀ ਉਹਨੂੰ ਸਹੀ ਡਾਇਰੈਕਸ਼ਨ ਵਿੱਚ ਡਾਇਵਰਟ ਕਰਨ ਦੀ ਸਾਨੂੰ ਸਮਰੱਥਾ ਦਿੰਦਾ ਹੈ ਇਥੇ ਸਾਹਿਬ ਨੇ ਬਿਆਨ ਕੀਤਾ ਆਗਾ ਸੁਖ ਪਾਛੈ ਸੁਖ ਸਹਿਜਾ ਫਿਰ ਹੁੰਦਾ ਕਿ ਘਰ ਆਨੰਦ ਹਮਾਰੇ ਘਰ ਦੇ ਰਾਰੇ ਨੂੰ ਸਿਹਾਰੀ ਪਈ ਇਹਦਾ ਮਤਲਬ ਘਰ ਵਿੱਚ ਪਾਵ ਹਿਰਦੇ ਘਰ ਵਿੱਚ ਜਿਹੜਾ ਸਾਡਾ ਅੰਦਰ ਆ ਅੰਤਰ ਆਤਮੇ ਦੇ ਵਿੱਚ ਦੇਖੋ ਆਪਾਂ ਗੁਰੂ ਨੂੰ ਅੰਦਰ ਵਸਾਵਾਂਗੇ ਗੁਰੂ ਦੇ ਭੈ ਨੂੰ ਪ੍ਰੇਮ ਨੂੰ ਸਨੇਹ ਨੂੰ ਗੁਰੂ ਦੇ ਉਸ ਸਰਬ ਕਲਿਆਣ ਪੱਖ ਨੂੰ ਅੰਦਰ ਵਸਾਵਾਂਗੇ ਅੰਦਰੋਂ ਡਰ ਲੈ ਜਾਣਗੇ ਅਸੀਂ ਲਿਟਰਲੀ ਸ਼ਬਦ ਪੜੋ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਛੰਦਾ ਜੇ ਤੂੰ ਮੇਰੇ ਘਰ ਵਿੱਚ ਵਸਦਾ ਆਂ ਮੈਂ ਕਿਸੇ ਦੀ ਮੂੰਛੰਦਗੀ ਕਿਉਂ ਰੱਖਾਂਗਾ ਜਾਂ ਮ ਗੁਰੂ ਹੋਏ ਵੱਲ ਤਨੇ ਕਿਆ ਗਰਬ ਦੀਜਾ ਜਾਂ ਮ ਗੁਰੂ ਹੋਏ ਵੱਲ ਲਖ ਬਾਹਾਂ ਹੈ ਕਿਆ ਕੀਜਾ ਜਦੋਂ ਗੁਰੂ ਵੱਲ ਆ ਅਜੇ ਹੁਣੇ ਬਾਤ ਹੋ ਰਹੀ ਸੀ ਬੀਤੇ ਵਰੇ ਨੂੰ ਗੁਜਰਦਿਆਂ ਵੇਖਦਿਆ ਪਰ ਆ ਚੜ ਰਿਹਾ ਹੈਗਾ ਸਸਾਨੀ ਦੇ ਨਾਲ ਜੁੜੇ ਹੋਏ ਲੋਕ ਸੰਘਰਸ਼ਸ਼ੀਲ ਨੇ ਤੇ ਦੁਨੀਆ ਪੱਧਰ ਤੇ ਇਕੱਲੇ ਉਹ ਨਹੀਂ ਦੁਨੀਆ ਪੱਧਰ ਤੇ ਵੱਖਰੇ ਵੱਖਰੇ ਲੋਕ ਵੀ ਸੰਘਰਸ਼ ਕਰਦੇ ਨੇ ਸਾਡਾ ਰੋਜ਼ ਦਾ ਆਪਣੇ ਨਾਲ ਵੀ ਸੰਘਰਸ਼ ਚੱਲਦਾ ਹੈ ਪਰਿਵਾਰਾਂ ਵਿੱਚ ਸੰਘਰਸ਼ ਚੱਲਦਾ ਹੈ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਸ ਰੂਪ ਵਿੱਚ ਬੰਦਾ ਜਦੋਂ ਵੇਖਦਾ ਆ ਤੇ ਇਹਦੇ 'ਚ ਜਦੋਂ ਸਾਹਮਣੇ ਆਪਣੇ ਚੈਲੰਜ ਵੇਖਦਾ ਹੈ ਵੰਗਾਰ ਵੇਖਦਾ ਹੈ ਕਈ ਵਾਰੀ ਬੰਦੇ ਦਾ ਮਨ ਡਰ ਜਾਂਦਾ ਹੈ ਸ਼ਾਇਦ ਇਹ ਵੰਗਾਰ ਏਡੀ ਵੱਡੀ ਹੈ ਇਹ ਚੈਲੰਜ ਮੇਰੇ ਵਾਸਤੇ ਇਨਾ ਜ਼ਿਆਦਾ ਹਿਊਜ ਤੇ ਇਨਾ ਜ਼ਿਆਦਾ ਜਾਇੰਟ ਆ ਮੈਂ ਇਹਦੇ ਸਾਹਮਣੇ ਜਿੱਤ ਨਹੀਂ ਸਕਾਂਗਾ ਪਰ ਸਹਬ ਕਹਿੰਦੇ ਜੇ ਭਰੋਸਾ ਗੁਰੂ ਤੇ ਹੀ ਤੇ ਫਿਰ ਚੇਤੇ ਰੱਖੀ ਪਿੰਗੁਲ ਪਰਬਤ ਪਾਰ ਪਰੈ ਖਲ ਚਤੁਰ ਬਕੀਤਾ ਅੰਧੁਲੇ ਤ੍ਰੀ ਪਵਨ ਸੂਜਿਆ ਗੁਰ ਭੇਟ ਪੁਨੀਤਾ ਗੁਰੂ ਨੂੰ ਤੂੰ ਭੇਟ ਹੋ ਜਾ ਗੁਰੂ ਉਹ ਪੁਨੀਤ ਅਵਸਥਾ ਬਣਾ ਦੇਗਾ ਤੈਨੂੰ ਕਦੀ ਕਿਸੇ ਨੇ ਦੇਖਿਆ ਨਹੀਂ ਹੋਏਗਾ ਕਿ ਪਿੰਗੂਲ ਪਰਬਤ ਪਾਰ ਪਰੇ ਪਿੰਗਲਾ ਪਹਾੜ ਚੜ ਜਾਏ ਐਸੀ ਸੰਸਾਰੀ ਲੋਕ ਆ ਕਹਿੰਦੇ ਨਹੀਂ ਨਹੀਂ ਪਿੰਗਲਾ ਬੰਦਾ ਜਿਹੜਾ ਆ ਜਿਹੜਾ ਵਿਚਾਰਾ ਫਿਜ਼ੀਕਲੀ ਚੈਲੈਂਜਡ ਹੈਗਾ ਆ ਜਿਹੜਾ ਕਿਸੇ ਤਰੀਕੇ ਨਾਲ ਅਪਾਹਜ ਆ ਉਹ ਤੇ ਧਰਤੀ ਤੇ ਨਹੀਂ ਤੁਰ ਸਕਦਾ ਰੇਂਗਦਾ ਆ ਪਹਾੜ ਕਿਵੇਂ ਚੜੇਗਾ ਭਾਈ ਗੁਰੂ ਦੀ ਇਹੀ ਸਮਰੱਥਾ ਆ ਗੁਰੂ ਉਸ ਰੂਪ ਦੇ ਚ ਬੰਦੇ ਨੂੰ એનર્ਜੀ ਉਹ ਸਮਰੱਥਾ ਉਹ ਸੋਰਸ ਪ੍ਰੋਵਾਈਡ ਕਰਦਾ ਆ ਜਿੱਦੇ ਨਾਲ ਬੰਦਾ ਉਸ ਲੈਵਲ ਤੇ ਤੁਰ ਜਾਂਦਾ ਹੈ ਇਹ ਕੁਦਰਤ ਦਾ ਨਿਯਮ ਆ ਤੁਸੀਂ ਕਰਤਾਰ ਤੇ ਭਰੋਸਾ ਕਰੋ ਕਰਤਾਰ ਦੇ ਹੁਕਮ ਨੂੰ ਸਮਝ ਕੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਸ਼ੁਰੂ ਕਰ ਦਿਓ ਤੇ ਚੇਤੇ ਰੱਖਿਆ ਜੇ ਕਰਤਾਰ ਦੀ ਸਾਰੀ ਕੁਦਰਤ ਤੁਹਾਡੀ ਮਦਦ ਵਾਸਤੇ ਆ ਜਾਂਦੀ ਹੈ। ਇਹੀ ਸਭ ਤੋਂ ਵੱਡੀ ਬਾਤ ਆ ਜਦੋਂ ਹੀ ਬੰਦਾ ਇਸ ਲੈਵਲ ਤੇ ਹੁੰਦਾ ਆ ਫਿਰ ਫਿਰ ਹਕੀਕਤ ਇਹ ਆ ਹਰ ਚੀਜ਼ ਬਦਲਦੀ ਹੈ। ਹਰ ਚੀਜ਼ ਦੇ ਵਿੱਚ ਬੰਦੇ ਨੂੰ ਇੱਕ ਨਵੀਂ ਜਿਹੜਾ ਹੈਗਾ ਉਹ એનર્ਜੀ ਤੇ ਨਵੇਂ ਰੰਗ ਮਿਲਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹਦੀ ਸ਼ੁਰੂਆਤ ਬਾਹਰੋਂ ਨਹੀਂ ਤੁਹਾਡੇ ਅੰਦਰੋਂ ਹੋਣੀ ਹੈ। ਜੇ ਤੁਸੀਂ ਬੰਦਾ ਬਾਹਰੋਂ ਨਹੀਂ ਹਾਰਦਾ। ਬੰਦਾ ਬਾਹਰੋਂ ਲੂਜ਼ ਵੀ ਨਹੀਂ ਕਰਦਾ ਕਦੇ। ਬਾਹਰੋਂ ਕਦੀ ਨਹੀਂ ਬੰਦਾ ਉਦੋਂ ਲੂਜ਼ ਕਰਦਾ ਹੈ ਜਦੋਂ ਅੰਦਰੋਂ ਹਾਰਦਾ ਹੈ। ਬੰਦਰਾ ਉਦੋਂ ਕਿਸੇ ਰੂਪ ਦੇ ਵਿੱਚ ਵੀ ਨੁਕਸਾਨ ਸਹਿੰਦਾ ਆ ਜਦੋਂ ਅੰਦਰੋਂ ਉਸ ਰੂਪ ਨੂੰ ਮੰਨ ਲੈਂਦਾ ਹੈ। ਜਿੱਦੇ ਘਰ ਆਨੰਦ ਹਮਾਰੇ ਜਿੱਦੇ ਘਰ ਦੇ ਵਿੱਚ ਆਨੰਦ ਆ। ਖੁਸ਼ੀ ਹੈ ਖੇੜਾ ਆ ਚੜਦੀ ਕਲਾ ਆ ਉਹਨੂੰ ਧਰਤੀ ਦੀ ਕੋਈ ਚੀਜ਼ ਦੁਖੀ ਨਹੀਂ ਕਰ ਸਕਦੀ ਪਰੇਸ਼ਾਨ ਨਹੀਂ ਕਰ ਸਕਦੀ ਪਛੇਮੀਨ ਨਹੀਂ ਕਰ ਸਕਦੀ ਚਿੰਤਾਤੁਰ ਨਹੀਂ ਕਰ ਸਕਦੀ ਉਹਨੂੰ ਡੇਗ ਨਹੀਂ ਸਕਦੀ ਉਹਦੀ ਅਕੀਦਤ ਤੋਂ ਬਸ ਇਹੀ ਹੈ ਜਿੰਨੂੰ ਇਹ ਪਤਾ ਲੱਗ ਗਿਆ ਗੁਰੂ ਮੇਰੇ ਅੰਗ ਸੰਗ ਹੈ ਉਹ ਨਾਲ ਆ ਤੇ ਫਿਰ ਫਿਰ ਮਨਾਂ ਕਬਰਾਣਾ ਕਿਉਂ ਆ ਸਭ ਕਹਿੰਦੇ ਕਰ ਆਨੰਦ ਹਮਾਰਾ ਰਹਾਓ ਸ਼ੁਰੂਆਤੀ ਪਦ ਹੈ ਗੁਰੂ ਪੂਰਾ ਭੇਟਿਓ ਵਡਭਾਗੀ ਮਨੈ ਭਿਆ ਪਰਗਾਸਾ ਜਿਹਦੀ ਆਪਾਂ ਸ਼ੁਰੂਆਤ ਚ ਬਾਤ ਕੀਤੀ ਸੀਗੀ ਪੋਥੀ ਪੁਰਾਨ ਕਮਾਈ ਹੈ ਪਾਵੱਟੀ ਤਨਪਾਈ ਹੈ ਤੇ ਸਾਬ ਨੇ ਕਿਹਾ ਗੁਰ ਪੂਰਾ ਭੇਟਿਓ ਵੱਡਪਾਗੀ ਭੇਟਤ ਹੋਣਾ ਗੁਰੂ ਇਸ ਤਰ੍ਹਾਂ ਜਾਣੋ ਜਿਵੇਂ ਸਾਬ ਜ਼ਿਕਰ ਕਰਦੇ ਆ ਗੁਰਦਾਤਾ ਗੁਰਹਿਵੈ ਕਰ ਗੁਰਦੀਪਕ ਤੈਨ ਲੋਏ ਗੁਰੂ ਬਹੁਤ ਕੁਛ ਆ ਗੁਰੂ ਦਾਤਾ ਵੀ ਹੈ ਗੁਰੂ ਹਿਵੈ ਕਰ ਗੁਰੂ ਸ਼ੀਤਲਤਾ ਦਾ ਕਰ ਆ ਜਿਨੂੰ ਜਿਹੜਾ ਬੰਦਾ ਕਹਿੰਦਾ ਨਾ ਪਤਾ ਨਹੀਂ ਮੇਰੇ ਅੰਦਰ ਤੇ ਹਰ ਵਕਤ ਅੱਗ ਬਲਦੀ ਰਹਿੰਦੀ ਹੈ ਹਰ ਵਕਤ ਚਿੰਤਾ ਹੀ ਤੰਗ ਕਰਦੀ ਹੈ ਹਰ ਵਕਤ ਫਿਕਰ ਹੀ ਲੱਗੇ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਨਾਲ ਸਾਝ ਬਣਾ ਗੁਰੂ ਬਰਫ਼ ਦਾ ਘੜੀ ਬਿਲਕੁਲ ਸ਼ੀਤਲਤਾ ਠੰਡ ਠੰਡ ਵਰਤਾ ਦੇਗਾ ਗੁਰਦਾਤਾ ਗੁਰਹਿਵੈ ਕਰ ਗੁਰਦੀਪਕ ਤੈਹ ਲੋਏ ਤੈਹ ਲੋਏ ਤਿੰਨਾ ਭਵਨਾ ਦਾ ਗੁਰੂ ਇੱਕ ਐਸਾ ਦੀਵਾ ਹੀ ਸਾਡੇ ਵੀ ਇੱਥੇ ਦੀਵਾ ਬਲਦਾ ਸਭ ਤੋਂ ਵੱਡਾ ਦੀਵਾ ਸਾਡਾ ਸੂਰਜ ਆ ਰੌਸ਼ਨੀ ਚੜਾ ਦਿੰਦਾ ਜਿਵੇਂ ਸੂਰਜ ਚੜ੍ਹਦਾ ਹੈ ਰੌਸ਼ਨੀ ਹੋ ਜਾਂਦੀ ਪਸ਼ੂ ਪੰਛੀ ਪਰਿੰਦੇ ਜਾਨਵਰ ਸਭ ਚਹਿਚਹਾਟ ਪਾ ਦਿੰਦੇ ਮਨੁੱਖਾਂ ਦੀ ਦੁਨੀਆ ਚ ਰੌਣਕ ਆ ਜਾਂਦੀ ਉਸ ਰੂਪ ਦੇ ਵਿੱਚ ਪਰ ਸਚਾਈ ਇਹ ਹੈ ਇਸ ਦੀਵੇ ਦੀ ਵੀ ਪਾਇਆ ਆ ਇਹ ਕੁਝ ਘੰਟੇ ਹੀ ਰਹਿ ਸਕਦਾ ਉਸ ਤੋਂ ਬਾਅਦ ਇਹਨੇ ਚਲੇ ਜਾਣਾ ਹੈ ਫਿਰ ਧਰਤੀ ਦੇ ਕੁਝ ਏਰੀਏ ਚ ਵਿਚਰ ਸਕਦਾ ਫਿਰ ਇਹਦੀ ਪਾਇਆ ਇੰਨੀ ਕਿਹ ਜਿਨ੍ਹਾਂ ਕਮਰਿਆਂ ਦੇ ਦਰਵਾਜ਼ੇ ਬੰਦ ਨੇ ਉਹਨਾਂ ਦੇ ਅੰਦਰ ਹੀ ਰੌਸ਼ਨੀ ਨਹੀਂ ਕਰ ਸਕਦਾ ਫਿਰ ਜਿਹੜੇ ਹਿਰਦੇ ਆ ਉਹਨਾਂ 'ਚ ਤੇ ਕਿੱਥੋਂ ਜਾਏਗੀ ਜਿਹੜੇ ਅੰਦਰ ਬੰਦੇ ਤੇ ਬਿਲਕੁਲ ਬੰਦ ਨੇ ਮਨ ਮੰਡਲ ਨੇ ਉਹਨਾਂ 'ਚ ਤੇ ਕਿੱਥੋਂ ਰੌਸ਼ਨੀ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਨਾ ਜੇ ਸੋ ਚੰਦਾ ਉੱਗ ਵੈ ਸੂਰ ਚੜਜੇ ਸੂਰਜ ਚੜਜੇ ਚੰਦਰਮਾ ਪਰ ਭਾਈ ਜਿਹੜੀ ਉਹ ਰੌਸ਼ਨੀ ਹੈ ਉਹ ਤੇ ਗੁਰਦੀਪਕ ਤੈ ਲੋਏ ਜਿਹੜਾ ਗੁਰੂ ਹੈ ਨਾ ਤਿੰਨਾ ਭਵਨਾਂ ਦਾ ਦੀਵਾ ਉਹ ਰੌਸ਼ਨੀ ਕਰੇਗਾ ਤੇ ਉਹ ਰੋਸ਼ਨੀ ਉਦੋਂ ਕਰੇਗਾ ਕਹਿੰਦੇ ਨੇ ਦੀਵਾ ਬਲਦਾ ਆ ਉਹਦੇ ਵਿੱਚੋਂ ਜਿੰਨੀ ਮਰਜ਼ੀ ਰੋਸ਼ਨੀ ਸ਼ੇਅਰ ਕਰ ਲੋ ਦੀਵੇ ਨੇ ਬੁਝਣਾ ਥੋੜਾ ਹੈ ਕਦੇ ਨਾ ਉਹਦੀ ਰੋਸ਼ਨੀ ਕਟਣੀ ਹੈ ਪਰ ਜੇ ਤੁਸੀਂ ਰੋਸ਼ਨ ਕਰਨਾ ਹੈ ਆਪਣੇ ਆਪ ਨੂੰ ਤੁਹਾਨੂੰ ਉਹਦੇ ਨਾਲ ਭੇਟਤ ਹੋਣਾ ਪਏਗਾ ਉਹਦੇ ਬਰਾਬਰ ਆ ਕੇ ਸਾਂਝ ਪਾਉਣੀ ਪਹੇਗੀ ਇਥੇ ਸਾਬ ਨੇ ਕਿਹਾ ਗੁਰਪੂਰਾ ਭੇਟਿਓ ਵੱਡਪਾਗੀ ਜਿਹੜੇ ਵੱਡੇ ਭਾਗਾ ਵਾਲੇ ਨੇ ਉਹ ਬਲਦੇ ਦੀਵੇ ਦੇ ਨਾਲ ਆਪਣੀ ਸੁਰਤ ਨੂੰ ਲਿਆ ਕੇ ला ਦਿੰਦੇ ਜਿੱਥੇ ਸ਼ਬਦ ਦੇ ਗੋਚਰੇ ਸੁਰਤ ਜਿਹੜੀ ਸਮਰਪਿਤ ਹੋ ਜਾਂਦੀ ਹੈ ਉਹ ਸੁਰਤ ਫਿਰ ਸੁਰਤ ਨਹੀਂ ਰਹਿ ਜਾਂਦੀ ਉਹ ਸੁਰਤ ਆਬ ਹੋ ਜਾਂਦੀ ਹੈ ਉਹ ਜਾਗਰਤ ਹੋ ਜਾਂਦੀ ਹੈ ਉਹ ਸਿਰਫ ਮਨੁੱਖੀ ਮਨ ਨਹੀਂ ਰਹਿ ਜਾਂਦਾ ਉਹ ਮਨੁੱਖੀ ਮਨ ਜਿਹੜਾ ਹੈ ਰੋਸ਼ਨ ਹੋ ਜਾਂਦਾ ਹੈ ਜਿਹਨੂੰ ਇਲਾਈਟਡ ਕਹਿੰਦੇ ਆ ਅਸੀਂ ਉਸ ਲੈਵਲ ਤੇ ਉਹਨੂੰ ਪ੍ਰਾਪਤੀ ਹੁੰਦੀ ਹੈ ਗੁਰਪੂਰਾ ਪੇਟਿਓ ਵੱਡਪਾਗੀ ਮਨਹਿ ਭਇਆ ਪ੍ਰਗਾਸ ਮਨ ਦੇ ਵਿੱਚ ਇੰਤਹਾ ਦੀ ਰੋਸ਼ਨੀ ਆ ਗਈ ਜਿਹਨੂੰ ਪਾਈ ਗੁਰਦਾਸ ਜੀ ਨੇ ਬਿਆਨ ਕੀਤਾ ਸੀਗਾ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਲੱਖ ਲੱਖ ਸਸੀਰ ਭਾਨ ਕਿਰਨ ਠਰੂਰ ਹੈ ਐਸੀ ਰੋਸ਼ਨੀ ਹੈ ਜਿਹਦੇ ਸਾਹਮਣੇ ਲੱਖਾਂ ਸਸੀਰ ਭਾਨ ਵੀ ਠੰਡੇ ਪੈ ਜਾਣਗੇ ਭਾਵ ਉਹਨਾਂ ਦੇ ਸਾਹਮਣੇ ਇਹ ਰੋਸ਼ਨੀ ਕਿਤੇ ਵੱਡੀ ਹੋ ਜਾਏਗੀ ਸ ਇਹ ਹੈ ਆਤਮ ਪ੍ਰਗਾਸ ਦੀ ਅਵਸਥਾ ਉਹਨਾਂ ਸਾਹਿਬ ਕਹਿੰਦੇ ਮਨੈ ਭਇਆ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਇਸ ਚੀਜ਼ ਦੀ ਕੋਈ ਰਿਪਲੇਸਮੈਂਟ ਨਹੀਂ ਕੋਈ ਸਬਸਟੀਟਿਊਟ ਨਹੀਂ ਆਏਗਾ ਕੋਈ ਬੰਦਾ ਕਹਿੰਦਾ ਨਾ ਕਿ ਸਪੋਜ਼ ਕਰੋ ਤੁਸੀਂ ਭੋਜਨ ਖਾਣਾ ਆ ਤੇ ਭੋਜਨ ਦੇ ਵਿੱਚ ਤੁਸੀਂ ਸਪੋਜ਼ ਗ੍ਰੇਨ ਖਾਣਾ ਆ wheat ਖਾਣੀ ਹੈ ਆਟਾ ਫਲਾਵਰ ਵਗੈਰਾ ਕੁਝ ਖਾਣਾ ਆ ਉਹ ਨਹੀਂ ਹੈ ਤਾਂ ਕੋਈ ਗੱਲ ਨਹੀਂ ਸਬਸਟੀਟਿਊਟ ਹੈਗਾ ਤੁਸੀਂ ਫਲ ਖਾ ਲਓ ਫਰੂਟ ਖਾ ਲਓ ਫਰੂਟ ਨਹੀਂ ਹੈਗਾ ਵੈਜੀਟੇਬਲ ਖਾ ਲਓ ਸਬਸਟੀਟਿਊਟ ਹੈਗਾ ਚੀਜ਼ਾਂ ਦਾ ਇਸ ਰੂਪ ਦੇ ਵਿੱਚ ਪਰ ਕੁਝ ਚੀਜ਼ਾਂ ਦਾ ਸਬਸਟੀਟਿਊਟ ਨਹੀਂ ਹੁੰਦਾ ਕਮਰੇ 'ਚ ਬਹੁਤ ਹਨੇਰਾ ਹੋਏ ਉਹਦੇ 'ਚ ਸਵਾਏ ਰੌਸ਼ਨੀ ਤੋਂ ਕੋਈ ਹੋਰ ਸਬਸਟੀਟਿਊਟ ਨਹੀਂ ਆਗਾ ਤੁਸੀਂ ਕਹੋ ਇਸ ਹਨੇਰੇ ਨੂੰ ਝਾੜੂ ਨਾਲ ਬਾਹਰ ਕੱਢ ਦਿਆਂਗੇ ਹਾਂ ਝਾੜੂ ਦੇ ਨਾਲ ਕੂੜਾ ਬਾਹਰ ਨਿਕਲ ਸਕਦਾ ਆ ਹੋਰ ਕੋਈ ਚੀਜ਼ ਕੋਈ ਜਾਨਵਰ ਕਿਸੇ ਕਮਰੇ 'ਚ ਵੜ ਗਿਆ ਡੰਡੇ ਖੜਕਾਓਗੇ ਭਜਾ ਦੋਗੇ ਉਹਨੂੰ ਉੱਥੋਂ ਕੋਈ ਹੋਰ ਜਿਹੜਾ ਹੈਗਾ ਆਵਾਜ਼ ਉੱਚੀ ਕਰੋਗੇ ਰੌਲਾ ਪਾਓਗੇ ਉਹ ਭੱਜ ਜਾਏਗਾ ਹਨੇਰਾ ਨਹੀਂ ਜਾਏਗਾ ਹਨੇਰਾ ਇੱਕੋ ਚੀਜ਼ ਨਾਲ ਜਾਏਗਾ ਜਿਹਨੂੰ ਸਾਬ ਨੇ ਕਹਿਆ ਸੀਗਾ ਕਿ ਜੇ ਤੇ ਰੱਖੀ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਜਦੋਂ ਮਤ ਦੇ ਵਿੱਚ ਭਰੀਏ ਮਤ ਪਾਪਾਂ ਕੈ ਸੰਗ ਪਈ ਉਹਦਾ ਕੋਈ ਸਬਸਟੀਟਿਊਟ ਨਹੀਂ ਉਹ ਧੋਪ ਹੈ ਨਾਵੇਂ ਕਹਿ ਰਾਂਗਾ ਇੱਥੇ ਤੇ ਇਹੀ ਚੀਜ਼ ਆਏਗੀ ਇਹ ਤੇ ਨਾਮ ਦਾ ਹੀ ਰੰਗ ਆ ਇਹ ਤੇ ਇੱਕੋ ਹੀ ਚੀਜ਼ ਹੈ ਕਿ ਦੀਵਾ ਬਲੇਗਾ ਤੇ ਇਹ ਹਨੇਰਾ ਹਟੇਗਾ ਅਦਰਵਾਈਜ਼ ਸਾਹਿਬ ਨੇ ਕਿਹਾ ਚੇਤੇ ਰੱਖੀ ਅੰਧਕਾਰ ਸੁਖ ਕਬੂ ਨਾ ਸੋਈ ਹੈ ਰਾਜਾ ਰੰਕ ਦਉ ਮਿਲ ਰੋਈ ਹੈ ਜ਼ਿੰਦਗੀ ਦੇ ਵਿੱਚ ਰੋਣਾ ਤੇ ਦੁੱਖ ਇਹ ਕਿਸੇ ਨੂੰ ਨਸੀਬ ਨਾ ਹੋਏ ਕਿਸੇ ਨੂੰ ਪ੍ਰਾਪਤ ਨਾ ਹੋਏ ਪਰ ਇਹਦਾ ਕਾਰਨ ਹੈ ਰੂਟ ਕੌਜ਼ ਹੈ ਇਹਦੀ ਰੋਣਾ ਤੇ ਦੁੱਖ ਅਗਿਆਨਤਾ ਵਿੱਚੋਂ ਆਉਂਦਾ ਹੈ ਹਨੇਰੇ ਵਿੱਚੋਂ ਆਉਂਦਾ ਜਿੱਥੇ ਅਗਿਆਨਤਾ ਹੈ ਉੱਥੇ ਰੋਣਾ ਵੀ ਹੈ ਉੱਥੇ ਦੁੱਖ ਵੀ ਹੈ ਜਿੱਥੇ ਗਿਆਨ ਹੈ ਉਥੇ ਨਾ ਰੋਣਾ ਆ ਨਾ ਦੋਖਿਆ ਇਥੇ ਸਾਬ ਨੇ ਬਿਆਨ ਕੀਤਾ ਕਿ ਇਸ ਗੁਰੂ ਦੇ ਨਾਲ ਜੁੜ ਕੇ ਕੋਈ ਨਾ ਪਹੁੰਚਨ ਹਾਰਾ ਦੂਜਾ ਅਪੁਨੇ ਸਾਹਿਬ ਦਾ ਪਰਵਾਸਾ ਤੇ ਉਹਦੇ ਤੇ ਪਰਵਾਸਾ ਕਰੇ ਪਰਵਾਸ ਕਰਨੀ ਹੁੰਦੀ ਏ ਭਰੋਸਾ ਕਰਨਾ ਮਤਲਬ ਆ ਆਪ ਅੰਦਾਜ਼ਾ ਲਾਓ ਚੀਜ਼ਾਂ ਕਈ ਵਾਰ ਕੁਦਰਤ ਕਈ ਰੰਗ ਬਖਾਉਂਦੀ ਹੈ ਆ ਸਾਡੇ ਮਾਂ ਬਾਪ ਹੀ ਨੇ ਅਸੀਂ ਉਹਨਾਂ ਤੋਂ ਕੋਈ ਚਾਹੁੰਨੇ ਆ ਉਹ ਗੱਲ ਨਹੀਂ ਮੰਨਦੇ ਸਾਡੀ ਸਪੋਜ਼ ਕਰੋ ਤੁਹਾਡੀ ਕੋਈ ਇੱਛਾ ਹੈ ਤੁਸੀਂ ਕਹਿੰਦੇ ਹੋ ਕਿ ਡੈਡ ਮਮ ਮੈਨੂੰ ਆਹ ਚੀਜ਼ ਚਾਹੀਦੀ ਹੈ ਤੋ ਕਹਿੰਦੇ ਨਹੀ ਮਿਲੇਗੀ ਬੱਚਾ ਛੋਟਾ ਆ ਤੇ ਬੱਚਾ ਕਹੇ ਵੀ ਅੱਛਾ ਜੇ ਮਮ ਡੈਡ ਨਹੀਂ ਦੇ ਦੇਤੇ ਸ਼ਾਇਦ ਕੋਈ ਬਾਹਰੋਂ ਕੋ ਪ੍ਰੋਵਾਈਡ ਕਰ ਦੇਗਾ ਦੇ ਦੇਗਾ ਭਾਈ ਨਾ ਜਿਹੜੀ ਚੀਜ਼ ਉਹਨਾਂ ਨੇ ਦੇਣੀ ਉਹਨਾਂ ਨੇ ਦੇਣੀ ਹੈ ਤੈਨੂੰ ਉਹਨਾਂ ਤੇ ਭਰੋਸਾ ਕਰਨਾ ਪੈਣਾ ਹਾਂ ਵਕਤ ਪੈ ਸਕਦਾ ਹੈ ਤੂੰ ਮੈਚਿਓਰਿਟੀ ਵਿਖਾਏਗਾ ਤੂੰ ਨੇਗੋਸ਼ੀਏਸ਼ਨ ਕਰੇਗਾ ਤੂੰ ਉਹਨਾਂ ਦੇ ਮੁਤਾਬਕ ਮਿਲ ਜਾਏਗਾ ਵਕਤ ਪਾ ਕੇ ਅਕਾਲਪੁਰ ਕੋ ਵਾਹਿਗੁਰੂ ਤੋਂ ਜਿਹੜੀ ਚੀਜ਼ ਮਿਲਣੀ ਉਹਦੇ ਤੋਂ ਹੀ ਮਿਲਣੀ ਹੈ। ਉਹ ਕਿਸੇ ਹੋਰ ਤੋਂ ਨਹੀਂ ਮਿਲਣੀ। ਹਾਂ, ਪ੍ਰਵਾਸਾ ਉਹਦੇ ਤੇ ਰੱਖਣਾ ਪਏਗਾ। ਇਹ ਹੋ ਸਕਦਾ ਆ ਵੀ ਦਾਤਾ ਅਜੇ ਤੂੰ ਮੈਨੂੰ ਉਹਦੇ ਕਾਬਿਲ ਬਣਾ ਰਿਹਾ ਹੈ। ਮਿਲ ਜਾਏਗੀ ਮੈਨੂੰ ਪਰ ਮੈਂ ਅਜੇ ਕਾਬਿਲ ਨਹੀਂ ਹੁੰਦਾ। ਮੈਂ ਉਹਦਾ ਪਾਤਰ ਨਹੀਂ ਬਣਿਆ। ਅਜੇ ਮੈਂ ਉਹ ਡਿਜ਼ਰਵ ਨਹੀਂ ਕਰਦਾ। ਦਾਤਾ ਤੂੰ ਤਰਸ ਕਰ ਮੈਨੂੰ ਉਹਦੇ ਕਾਬਿਲ ਬਣਾ ਦੇ। ਮੈਨੂੰ ਉਸ ਡਿਜ਼ਰਵਿੰਗ ਲੈਵਲ ਤੇ ਲੈ ਆ ਜਦੋਂ ਲੈ ਆਵੇਂਗਾ ਮੈਨੂੰ ਪਤਾ ਤੂੰ ਦੇ ਦੇਂਗਾ। બસ ਸਾਹੀ ਚੀਜ਼ ਇਹ ਹੈ ਪਰਵਾਸਾ ਅਗਲਾ ਬਚਨ ਲਿਖਿਆ ਸਾਹਿਬ ਨੇ ਅੰਤਰਜਾਮੀ ਕਰਣਾ ਹਾਰਾ ਸੋਈ ਖਸਮ ਹਮਾਰਾ ਬਾਕੀ ਬਾਈ ਖਸਮ ਆ ਤੁਹਾਨੂੰ ਮੂੰਹ ਨਾਲ ਬੋਲ ਕੇ ਵੀ ਕਹਿਣ ਦੀ ਲੋੜ ਨਹੀਂ ਕੁਝ ਵੀ ਅੰਤਰਜਾਮੀ ਅੰਦਰ ਨੂੰ ਪੜ ਰਿਆ ਉਹ ਉਹ ਸਭ ਜਾਣਦਾ ਆ ਉਹ ਤੋਂ ਕਿਹੜੀ ਚੀਜ਼ ਲੁਕੀ ਐ ਤੇ ਕਿਹੜੀ ਚੀਜ਼ ਛੁਪੀ ਐ ਭਾਈ ਅੰਤਰਜਾਮੀ ਕਰਣਾ ਹਾਰਾ ਸੋਈ ਖਸਮ ਹਮਾਰਾ ਉਹਦੀ ਮਲਕੀਅਤ ਹੈ ਅਸੀਂ ਅਸੀਂ ਸਾਰੇ ਉਹਦੇ ਹੀ ਨਵਾਜੇ ਉਹਦੇ ਹੀ ਸਾਜੇ ਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਉਨੇ ਤੇ ਰੂਪ ਧਾਰਿਆ ਸਾਡੇ ਤੋਂ ਦੂਰ ਥੋੜਾ ਆ ਇਸ ਲਈ ਸਾਹਿਬ ਮਹਾਰਾਜ ਨੇ ਕਿਹਾ ਉਹਦੇ ਸਾਹਮਣੇ ਅਰਦਾਸ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਪਉ ਪਹੇ ਗੁਰ ਚਰਣੀ ਲਾਗੇ ਜਿਵੇਂ ਜਿਵੇਂ ਗੁਰੂ ਦੇ ਚਰਨ ਫੜੀਗੇ ਕੁੱਟ ਕੇ ਅੰਦਰੋਂ ਨਿਰਪਉ ਹੋ ਗਏ ਡਰੀ ਲੈ ਗਿਆ ਸਾਰਾ ਅੰਦਰ ਖੌਫ ਰਹਾ ਹੀ ਨਹੀਂਗਾ ਭੈ ਰਹਾ ਹੀ ਨਹੀਂਗਾ ਇਹ ਨੂੰ ਸਤਿ ਅਹਿਸਾਸ ਕਰੋ ਆਪਾਂ ਸਾਰੇ ਸੰਸਾਰੀ ਲੋਕਾਂ ਨੂੰ ਚੀਜ਼ਾਂ ਦੀ ਸਮਝ ਆਉਂਦੀ ਹੈ ਅ ਮਾਝੇ ਹੁਣੀ ਬਚਨ ਕਹਿ ਰਹੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਜਿਹੜੀ ਅਸੀਂ ਇਹ ਬਾਤ ਕਹੀਨੇ ਆ ਦੇਖੋ ਅ ਬੱਚਾ ਛੋਟਾ ਆ ਤੇ ਮਾਪੇ ਦੇ ਨਾਲ ਉਹਦੀ ਸਾਝ ਹੁੰਦੀ ਹੈ ਤੇ ਕੋਈ ਉਹਨੇ ਕੰਮਕਾਰ ਕਰਨਾ ਹੈ ਮਾਂ ਆ ਪਿਤਾ ਆ ਉਹਦੇ ਕੋਲ ਕਹਿੰਦਾ ਤੂੰ ਘਬਰਾ ਨਾ ਮੈਂ ਖੜਾ ਆ ਇੱਥੇ ਇਹ ਕੀ ਹੈ ਉਹਦਾ ਭੈ ਲੈ ਜਾਂਦਾ ਆ ਹੌਲੀ ਹੌਲੀ ਫਿਜ਼ੀਕਲੀ ਮਾਪੇ ਜਿਹੜੇ ਨੇ ਉਹ ਲਾਮੇ ਹੋ ਜਾਂਦੇ ਨੇ ਸਾਈਕਲੋਜੀਕਲੀ ਆ ਜਾਂਦੇ ਨੇ ਬੰਚੇ ਬੰਦੇ ਨੂੰ ਇਹ ਹੋ ਜਾਂਦਾ ਜਿਹਨੂੰ ਅਸੀਂ ਕਈ ਵਾਰ ਦੇਖਦੇ ਨਾ ਜਿਵੇਂ ਸਪੋਜ਼ ਕਰੋ ਗੱਲ ਲੰਮੀ ਹੋ ਜਾਏ ਕੋ ਉਸ ਪਾਸੇ ਚ ਮੈਂ ਚਲਾ ਗਿਆ ਤੇ ਸਾਡੀ ਸੁਰਤੇ ਤੇ ਚੀਜ਼ਾਂ ਬੈਠਦੀਆਂ ਨੇ ਜਿਵੇਂ ADHD ਵਗੈਰਾ ਬੱਚਿਆਂ ਚ ਕਈ ਵਾਰੀ ਤੁਸੀਂ ਨੋਟ ਕਰਦੇ ਹੋ ਕੁਝ ਤੇ ਬਿਹੇਵੀਅਰਲ ਸਾਈਡ ਤੋਂ ਆਉਂਦਾ ਕਈ ਵਾਰ ਕੁਝ ਫਿਜ਼ੀਕਲ ਸਾਈਡ ਤੋਂ ਫਿਜ਼ੀਕਲ ਸਾਈਡ ਤੋਂ ਇੱਥੇ ਆਉਂਦਾ ਕਿ ਉਹਨਾਂ ਦੀ ਵਾਇਰਿੰਗ ਦੇ ਵਿੱਚ ਜਿਹੜੀ ਅਟੈਂਸ਼ਨ ਪੇ ਕਰਨੀ ਕਿਸੇ ਚੀਜ਼ ਨੂੰ ਹੁਣ ਕਿਸੇ ਚੀਜ਼ ਨੂੰ ਅਟੈਂਸ਼ਨ ਪੇ ਕਿਵੇਂ ਕਰੇਗਾ ਬੰਦਾ ਜਦੋਂ ਕਿਸੇ ਨੂੰ ਫਿਜ਼ੀਕਲੀ ਨੋਟ ਕਰੇਗਾ ਹੁਣ ਸਪੋਜ਼ ਕਰੋ ਜਦੋਂ ਮਾਪੇ ਇੱਥੇ ਬੈਠ ਗਏ ਟੀਚਰ ਇੱਥੇ ਬੈਠ ਗਿਆ ਤੇ ਸਮਝੋ ਉਹ ਇੱਥੇ ਬੈਠਣ ਦੀ ਦੇਰ ਆ ਉਹਨਾਂ ਦਾ ਫਿਜ਼ੀਕਲ ਹੋਣਾ ਨਾ ਹੋਣਾ ਫਿਰ ਮਾਇਨੇ ਨਹੀਂ ਰੱਖਦਾ ਫਿਰ ਬੰਦੇ ਦੀ ਸੁਰਤ ਵਿੱਚ ਇਹ ਹੁੰਦਾ ਸਪੋਜ਼ ਕਿਤੇ ਕੋਈ ਸ਼ਖਸ ਜਾ ਰਿਹਾ ਆ ਤੇ ਉਹ ਕਹਿੰਦਾ ਕੋਈ ਪੁੱਠਾ ਸਿੱਧਾ ਕੰਮ ਕਰਨ ਵਾਸਤੇ ਕੋ ਇਹੋ ਜਿਹਾ ਕੋਈ ਮੌਕਾ ਬਣਦਾ ਆ ਤੇ ਇੱਕਦਮ ਅੰਦਰ ਖਿਆਲ ਆਉਂਦਾ ਹੈ ਮੰਮੀ ਡੈਡੀ ਨੂੰ ਕੀ ਕਵਾਂਗਾ ਜਾ ਕੇ ਇਹ ਜਿਹੜੀ ਚੀਜ਼ ਆ ਤੁਹਾਨੂੰ ਉਸੇ ਵਕਤ ਜਿਹੜਾ ਹੈ ਬજર ਪਾਪ ਤੋਂ ਬਚਾ ਲੈਂਦੀ ਆ ਫਿਰ ਹੌਲੀ ਹੌਲੀ ਮਾਂ ਬਾਪ ਉਥੇ ਨਹੀਂ ਰਹਿੰਦੇ ਤੇ ਜੇ ਕਿਤੇ ਬਹੁਤ ਅਗਲੇਰੇ ਲੈਵਲ ਤੇ ਆ ਜਾਏ ਉਥੇ ਫਿਰ ਹੌਲੀ ਹੌਲੀ ਗੁਰੂ ਆ ਕੇ ਬੈਠ ਜਾਂਦਾ ਫਿਰ ਉਸ ਰੱਬ ਆ ਕੇ ਬੈਠ ਜਾਂਦਾ ਬੰਦੇ ਨੂੰ ਕੋਈ ਬੰਦਾ ਕਹਿੰਦਾ ਵੀ ਇਹ ਕਹਿੰਦਾ ਲੈ ਤੂੰ ਝੂਠ ਬੋਲ ਲਈ ਕੰਮ ਹੋ ਜਾਏਗਾ ਤੇਰਾ ਉਹ ਕਹਿੰਦਾ ਨਾ ਸੱਜਣਾ ਨਹੀਂ ਬੋਲ ਸਕਾਂਗਾ ਕਿਉਂ ਨਹੀਂ ਬੋਲ ਸਕਾਂਗਾ ਵੀ ਗੱਲ ਇਹ ਹੈ ਉਹ ਜਿਸ ਜਿਸ ਨੇ ਜ਼ਿੰਦਗੀ ਦਿੱਤੀ ਹੈ ਉਹ ਅੰਦਰ ਬੈਠਾ ਆ ਉਹ ਬੋਲਦਾ ਆ ਉਹਨੂੰ ਕੀ ਜਵਾਬ ਦੇ ਆਂਗਾ ਬੰਦਾ ਫਿਰ ਜ਼ਮੀਰ ਫਰੋਸ਼ ਨਹੀਂ ਹੋ ਸਕਦਾ ਬੰਦਾ ਧਰਤੀ ਦੀ ਹਰ ਅਲਾਮਤ ਤੋਂ ਬਚ ਗਿਆ ਫਿਰ ਉਹ ਹੁੰਦਾ ਮੈਂ ਆਪਣੇ ਗੁਰੂ ਨੂੰ ਜਵਾਬ ਦੇ ਆਂ ਭਾਈ ਫਿਰ ਕੱਲਾ ਇਹ ਨਹੀਂਗਾ ਫਿਰ ਇਹ ਵੀ ਅਹਿਸਾਸ ਆ ਜਾਂਦਾ ਹੈ ਕਲਾਮਾਂ ਨੂੰ ਜਵਾਬ ਦੇ ਨਹੀਂਗਾ ਉਹ ਮੇਰੇ ਅੰਗ ਸੰਗ ਵੀ ਹੈ ਜੇ ਮੇਰੇ ਅੰਦਰ ਮੇਰਾ ਗੁਰੂ ਮੇਰੇ ਨਾਲ ਹੈ ਮੇਰਾ ਰੱਬ ਮੇਰੇ ਨਾਲ ਹੈ ਮੈਂ ਕਿਹਦੀ ਪਰਵਾਹ ਕਰਦਾ ਫਿਰ ਮੈਂ ਕਿਉਂ ਘਬਰਾਵਾਂਗਾ ਮੈਂ ਕਿਉਂ ਡਰਾਂਗਾ ਇੱਥੋਂ ਫਿਰ ਨਿਰਪੈਤਾ ਆਉਂਦੀ ਹੈ ਇੱਥੋਂ ਇਹ ਸਾਰਾ ਸਿੱਖ ਕੈਰੈਕਟਰ ਜਿਹਨੂੰ ਅਸੀਂ ਪ੍ਰਣਾਮ ਕਰਦੇ ਆਂ ਸ਼ਹੀਦਾਂ ਦੇ ਰੂਪ ਵਿੱਚ ਮਰੀਦਾਂ ਦੇ ਰੂਪ ਦੇ ਵਿੱਚ ਆਪਣੇ ਪੁਰਖਿਆਂ ਦੇ ਰੂਪ ਦੇ ਵਿੱਚ ਜਿਨ੍ਹਾਂ ਦਾ ਅੱਜ ਵੀ ਨਾਂ ਸੁਣ ਕੇ ਨਾਂ ਪੜ੍ਹ ਕੇ ਸਾਡੇ ਖੂਨ ਦੇ ਵਿੱਚ ਗਰਦਿਸ਼ ਵੱਜ ਜਾਂਦੀ ਹੈ ਸਾਡੇ ਰੌਂਗਟੇ ਖੜੇ ਹੋ ਜਾਂਦੇ ਨੇ ਅਸੀਂ ਅਹਿਸਾਸ ਕਰਦੇ ਹਾਂ ਅਸੀਂ ਉਹਨਾਂ ਬਜ਼ੁਰਗਾਂ ਤੇ ਉਹਨਾਂ ਪੁਰਖਿਆਂ ਦੇ ਵਿੱਚੋਂ ਅਸੀਂ ਆ ਰਹੇ ਹੈਗੇ ਇਹਨੂੰ ਸਾਬ ਨੇ ਕਿਹਾ ਨਿਰਪੋਪਏ ਗੁਰ ਚਰਣੀ ਲਾਗੇ ਇੱਕ RAM ਨਾਮ ਆਧਾਰਾ ਜਦ ਇੱਕ ਪ੍ਰਭੂ ਦੇ ਨਾਮ ਦਾ ਆਧਾਰ ਸੁਰਤ ਨੇ ਪੱਕਾ ਡਾਢਾ ਫੜ ਲਿਆ ਫਿਰ ਤੇ ਗੁਰੂ ਦੇ ਚਰਨ ਕੁੱਟ ਕੇ ਫੜ ਲੇ ਨਿਰਪੈਤਾ ਪੱਕੀ ਆ ਗਈ ਡਰ ਹਰ ਤਰ੍ਹਾਂ ਦਾ ਜਿਹੜਾ ਭੈ ਸੀਗਾ ਹਰ ਤਰ੍ਹਾਂ ਦਾ ਜਿਹੜਾ ਧਰਤੀ ਦੇ ਉੱਤੇ ਖੌਫ ਸੀਗਾ ਉਹ ਉੱਡ ਗਿਆ ਜਿਵੇਂ ਦੀਵੇ ਦੀ ਰੋਸ਼ਨੀ ਚ ਜਿਹੜਾ ਹੈਗਾ ਹਨੇਰਾ ਉੱਡ ਜਾਂਦਾ ਉਹਦੀ ਉਹ ਕਫੂਰ ਹੋ ਜਾਂਦਾ ਉਹਦੀ ਕੋਈ ਪਾਇਆ ਨਹੀਂ ਰਹਿ ਜਾਂਦੀ ਅਗਲੇਰੇ ਬਚਨ ਨੇ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀਓ ਬਨਾਰ ਕੁਰਬਾਨ ਜਾਈਏ ਗੁਰੂ ਗ੍ਰੰਥ ਸਾਹਿਬ ਤੋਂ ਕੁਰਬਾਨ ਜਾਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕੁਰਬਾਨ ਜਾਈਏ ਇਸ ਬਾਣੀ ਨੂੰ ਰਚਨਹਾਰਿਆਂ ਤੋਂ ਗੁਰੂ ਅਰਜਨ ਸਾਹਿਬ ਕੀ ਬਾਤ ਕਰਦੇ ਆਪਾਂ ਗੁਰੂ ਦੀ ਗੱਲ ਕੀਤੀ ਆਪਾਂ ਰੱਬ ਦੀ ਗੱਲ ਕੀਤੀ ਸਾਡੀ ਦੁਨੀਆ ਦੇ ਵਿੱਚ ਕੀ ਹੈ ਹਰ ਚੀਜ਼ ਨੂੰ ਅਸੀਂ ਫਿਜ਼ੀਕਲ ਸਾਈਡ ਤੋਂ ਅੰਗੇਜ ਕਰਦੇ ਆ ਆਪਣੇ ਨਾਲ ਰੱਬ ਨੂੰ ਵੀ ਲੋਕਾਂ ਨੇ ਐਵੇਂ ਬਣਾ ਲਿਆ ਰੱਬ ਦੀ ਸ਼ਕਲ ਬਣਾ ਲਈ ਮੂਰਤ ਬਣਾ ਲਈ ਉਸ ਕਲਪਨਾ ਵਿੱਚ ਲੈ ਆਂਦਾ ਇਹ ਸਾਰੀ ਬਾਤ ਕਰਕੇ ਗੁਰੂ ਅਰਜਨ ਸਾਹਿਬ ਨਵੇੜ ਦੇ ਪਤਾ ਕਿੱਥੇ ਨੇ ਆ ਕੇ ਸਫਲ ਦਰਸ਼ਨ ਅਕਾਲ ਮੂਰਤ ਦੇਖੀ ਕਿਸੇ ਮੂਰਤੀ ਚ ਨਾ ਲੱਭਣ ਤੁਰ ਜੀ ਦੇਖੀ ਕਿਸੇ ਰੱਬ ਦੇ ਉਹੋ ਜੇ ਸਾਰਤ ਨੂੰ ਨਾ ਅਡਾਪਟ ਤੇ ਐਕਸੈਪਟ ਕਰਨ ਲੱਗ ਜੀ ਜਿਦੇ ਵਿੱਚ ਢੋਰਾ ਬਣ ਜੇਗਾ ਜਿਦੇ ਵਿੱਚ ਸਹੀ ਦੀ ਥਾਂ ਤੇ ਗਲਤ ਪਾਸੇ ਤੁਰ ਪੇਗਾ ਅਕਾਲ ਮੂਰਤ ਉਹ ਹੈ ਮੂਰਤੀ ਮਾਨਿਆ ਪਰ ਕਾਲ ਤੋਂ ਪਰੇ ਆ ਉਹ ਜੋਤ ਹੋ ਕੇ ਰਵਰਿਆ ਚਾਰ ਚਪੇਰੇ ਕਿਆ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਣਹਾਰਾ ਉਹ ਹੈ ਵੀ ਹੈ ਉਹ ਸੀ ਵੀ ਉਹ ਹੋਏਗਾ ਵੀ ਹਮੇਸ਼ਾ ਉਦੀ ਮੌਜੂਦਗੀ ਨਾ ਕੱਲ ਮਾਈਨਸ ਕੀਤੀ ਜਾ ਸਕਦੀ ਹੈ ਨਾ ਅੱਜ ਨਾ ਆਉਂਦੇ ਕੱਲ ਹੋਏਗੀ ਅਗਲਾ ਬਚਨ ਹੈ ਕੰਠ ਲਗਾਏ ਆਪਣੇ ਜਨ ਰਖੇ ਆਪਣੀ ਪ੍ਰੀਤ ਪਿਆਰਾ ਜਿਨ੍ਹਾਂ ਤੇ ਤਰਸ ਕਰ ਲੈਂਦਾ ਉਹਨਾਂ ਨੂੰ ਕੰਠ ਲਾ ਲੈਂਦਾ ਹੈ ਗਲ ਲਾ ਲੈਂਦਾ ਹੈ ਤੈਨੂੰ ਪਾਈ ਵੀਰ ਸਿੰਘ ਜੀ ਨੇ ਕਦੀ ਕਿਹਾ ਸੀਗਾ ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ ਅਸਾਂ ਤਾਂ ਗਲਵਕੜੀ ਪਾਈ ਉਹਨੂੰ ਗਲਵਕੜੀ ਪਾ ਲੈਂਦਾ ਪਰ ਇਹਦੇ 'ਚ ਉਹਨਾਂ ਫਿਰ ਕਿਹਾ ਮੂਰਤੀ ਨਾ ਬਣਾ ਲਈ ਉਹਦੀ ਤੇ ਨੂੰ ਮੈਂ ਸਹੀ ਬਾਤ ਦੱਸਾਂ ਹਾਂ ਗਲਵਕੜੀ ਤੇ ਪੈ ਗਈ ਉਹਦੇ ਨਾਲ ਕੰਠ ਤੇ ਲਾ ਲਿਆ ਉਹਨੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ ਸਾ ਤਾ ਗਲਵਕੜੀ ਪਾਈ ਨਿਰਾਨੂਰ ਤੁਸੀਂ ਹੱਥ ਨਾ ਆਏ ਬੰਦੇ ਮਤੇ ਤੂੰ ਸੋਚੇ ਕੋ ਇਹੋ ਜੀ ਚੀਜ਼ ਆ ਜਿਹਨੂੰ ਮੈਂ ਹੱਥਾਂ ਨਾਲ ਫੜ ਲਵਾਂਗਾ ਜਿਹਨੂੰ ਮੈਂ ਅੱਖਾਂ ਨਾਲ ਤੱਕ ਲਵਾਂਗਾ ਇਸ ਤਰ੍ਹਾਂ ਕੰਠ ਲਾਵਾਂਗਾ ਕਹਿੰਦੇ ਨਾ ਨਿਰਾਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਹਕੀਕਤ ਇਹ ਹੈ ਇਹ ਜਜ਼ਬਾਤ ਨੇ ਇਹ ਜਜ਼ਬੇ ਨੇ ਮਨੁੱਖ ਜਦੋਂ ਆਪਣੇ ਜਜ਼ਬਿਆਂ ਤੇ ਜਜ਼ਬਾਤਾਂ ਦੇ ਵਿੱਚ ਸੁਚਮਤਾ ਪਵਿੱਤਰਤਾ ਚੰਗੇ ਖਿਆਲ ਚੰਗੇ ਉਸ ਅਲਾਹੀ ਥੌਟਸ ਨੂੰ ਲੈ ਆਉਂਦਾ ਆ ਬੰਦਾ ਅਸਲ ਵਿੱਚ ਆਪ ਹੀ ਨੂਰ ਹੋ ਜਾਂਦਾ ਆ ਬੰਦੇ ਦੀ ਜਿਹੜੀ ਇਹ ਮਿੱਟੀ ਹੈ ਇਹ ਵੀ ਪੂਜਣਯੋਗ ਹੋ ਜਾਂਦੀ ਹੈ ਇਹਨੂੰ ਸਾਹਿਬ ਨੇ ਇਸੇ ਕਰਕੇ ਬਿਆਨ ਕੀਤਾ ਸੀਗਾ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਉਥੇ ਆ ਕਿਉਂ RAM RAJ ਉਹ ਅਕਾਲ ਪੁਰਖ ਵਾਹਿਗੁਰੂ ਉਸ ਰਮੀ ਹੋਈ ਹਸਤੀ ਅਸਲ ਵਿੱਚ ਉਹਦਾ ਰਾਜ ਜਿਹੜਾ ਸਥਾਪਿਤ ਹੋ ਜਾਂਦਾ ਆ ਇੱਥੇ ਬਚਨ ਆਇਆ ਸਾਹਿਬ ਮਹਾਰਾਜ ਨੇ ਬਿਆਨ ਕੀਤਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਤੇ ਇਹ ਸਭ ਹੋਇਆ ਪ੍ਰੀਤ ਵਿੱਚ ਜ਼ੋਰ ਨਹੀਂਗਾ ਉਹਨੇ ਪ੍ਰੇਮ ਰੰਗ ਵਿੱਚ ਮੈਨੂੰ ਇਸ ਤਰ੍ਹਾਂ ਰੰਗ ਦਿੱਤਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਏ ਗੁਰੂ ਅਰਜਨ ਸਾਹਿਬ ਕੀ ਲਫ਼ਜ਼ਾਂ ਨੂੰ ਪਰੋ ਰਹੇ ਹੋ ਤੁਸੀਂ ਉਹਦੀ ਵਡਿਆਈ ਏਡੀ ਵਡੇਰੀ ਏ ਸਾਡੇ ਕੋਲ ਅਲਫਾਜ਼ ਨਹੀਂ ਹੈ ਕਰਨ ਵਾਸਤੇ ਵੱਡੀ ਵਡਿਆਈ ਅਚਰਜ ਅਮੇਜ਼ਡ ਕਰ ਦੇਣ ਵਾਲੀ ਉਹਦੀ ਸੋਭਾ ਉਹਦੀ ਗਲੋਰੀ ਹੈ ਉਹਦੇ ਗਲੋਰੀਅਸ ਰੰਗ ਨੂੰ ਅਸੀਂ ਸਿਰਫ ਮਾਣ ਸਕਦੇ ਹਾਂ ਸੋ ਬਿਆਨ ਕੀਤਾ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੂਰਾ ਪੇਟਿਓ ਸਗਲੇ ਦੁੱਖ ਬਿਨਾਸੇ ਹੈ ਨਾਨਕ ਜਦੋਂ ਪੂਰੇ ਗੁਰੂ ਨਾਲ ਪੇਟ ਆਉਣਾ ਆ ਗਿਆ ਸਗਲੇ ਦੁੱਖ ਬਿਨਾਸੇ ਸਾਰੇ ਦੁੱਖ ਸਰਵਸਵ ਜਿਹੜੀਆਂ ਚੀਜ਼ਾਂ ਮੈਨੂੰ ਦੁਖੀ ਕਰਨ ਵਾਲੀਆਂ ਸੀਗੀਆਂ ਸਾਰੀਆਂ ਮੇਰੇ ਤੋਂ ਵਿਦਾ ਹੋ ਗਈਆਂ ਬੀਤੇ ਵਰੇ ਤੇ ਬੀਤੇ ਸਮੇਂ ਦੀਆਂ ਸਾਰੀਆਂ ਗਲਤੀਆਂ ਔਗਣ ਅਲਾਮਤਾਂ ਗੁਰੂ ਸਾਡੇ ਤੋਂ ਦੂਰ ਲੈ ਲੇ ਆਉਂਦੇ ਵਰੇ ਦੇ ਵਿੱਚ ਹਰ ਖੁਸ਼ੀ ਹਰ ਰੰਗ ਹਰ ਚੜ੍ਹਦੀ ਕਲਾ ਦੀ ਜਿਹੜੀ ਰਿਸ਼ਮ ਆ ਉਹ ਸਾਡੇ ਸੁਰਤ ਵਿੱਚ ਬਖਸ਼ ਦੇ ਇਸੇ ਅਰਦਾਸ ਦੇ ਨਾਲ ਇਸੇ ਦਿਲੀ ਦੁਆ ਦੇ ਨਾਲ ਅਸੀਂ ਇਸ ਚੜ੍ਹਦੇ ਵਰੇ ਨੂੰ ਜੀ ਆਇਆਂ ਕਹਿੰਦੇ ਆ ਅੱਜ ਸ਼ਾਇਦ ਹੋ ਸਕਦਾ ਦਿਨੇ ਵੀ ਕੋਈ ਕਦਾ ਦੀਵਾਨ ਹੋਏ ਨਹੀਂ ਤੇ ਸ਼ਾਮ ਨੂੰ ਤੇ ਪੱਕਾ ਜੋ ਸਮੇਂ ਦੀ ਬਾਤ ਅਸੀਂ ਪਾ ਰਹੇ ਸੀ ਬੀਤੇ ਕੱਲ ਦੀ ਸ਼ਾਮ ਉਹਨੂੰ ਅੱਗੇ ਤੋਰਾਂਗੇ ਆਪ ਸੰਗਤ ਤਿਤਨਾ ਪਿਆਰ ਕਰਦੇ ਹੋ ਆਪ ਵੱਲੋਂ ਮਿਲਦੇ ਸੁਨੇਹੇ ਆਪ ਵੱਲੋਂ ਮਿਲਦੀ ਅਸੀਸ ਮੈਂ ਉਹਦੇ ਵਾਸਤੇ ਆਪਣੇ ਆਪ ਨੂੰ ਅਧਿਕਾਰੀ ਵੀ ਨਹੀਂ ਸਮਝਦਾ ਪਰ ਫਿਰ ਵੀ ਇਤਨਾ ਆਪ ਜੀ ਸਭ ਗੁਰੂ ਦੇ ਉਸ ਰੰਗ ਨੂੰ ਮੰਨਦਿਆਂ ਹੋਇਆਂ ਮੇਰੇ ਤੱਕ ਆਪਣੇ ਵੱਲੋਂ ਆਪਣੀਆਂ ਅਸੀਂ ਸਭ ਬਖਸ਼ ਦੇ ਪਹੁੰਚਾਉਂਦੇ ਹੋ ਬਖਸ਼ਦੇ ਹੋ ਉਸ ਰੂਪ ਦੇ ਵਿੱਚ ਬੜਾ ਸ਼ੁਕਰੀਆ ਬੜਾ ਧੰਨਵਾਦ ਮਹਾਰਾਜ ਬਖਸ਼ਿਸ਼ ਕਰੇ ਸਾਨੂੰ ਸਾਰਿਆਂ ਨੂੰ ਆਪਣੀ ਜਿਹੜੀ ਗੁਰਚਰਨ ਪ੍ਰੀਤ ਆ ਜਿਹੜੀ ਅਸਲ ਦੇ ਵਿੱਚ ਉਹਦੇ ਚਰਨਾਂ ਦੀ ਛੋਹ ਜਿਹੜੀ ਸ਼ਬਦ ਦੇ ਰੂਪ ਵਿੱਚ ਸਾਡੀ ਸੁਰਤ ਨੂੰ ਨਵਾਜਦੀ ਹੈ ਅਸੀਂ ਉਹਦੇ ਨਾਲ ਹਮੇਸ਼ਾ ਜੁੜੇ ਰਹੀਏ ਇਨੀਆਂ ਕ ਬਿੰਦੀਆਂ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ